ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈ ਨੋ ਸਾਰੇ ਪਾਸੇ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਹੈ ਔਰ ਅੱਜ ਖਾਸ ਤੌਰ 'ਤੇ ਨਿਊਯਾਰਕ, ਨਿਊ ਜਰਸੀ, ਇਸ ਪਾਸੇ ਨੌਰਥ ਆਫ ਅਮੈਰੀਕਾ ਥੋੜ੍ਹੀ ਰਾਹਤ ਮਿਲ ਰਹੀ ਹੈ ਕਿਉਂਕਿ ਖੂਬ ਅੱਛੀ ਬਾਰਿਸ਼ ਹੋਈ ਹੈ। ਪਰ ਹਾਂ, ਫਲੱਡ ਵਾਰਨਿੰਗਸ ਵੀ ਹੈਗੀਆਂ, ਕਿਸੇ ਕਿਸੇ ਏਰੀਏ 'ਚ ਪਾਣੀ ਬਹੁਤ ਜ਼ਿਆਦਾ ਹੈ। ਸੋ ਬੀ ਸੇਫ ਐਂਡ ਸਾਰੇ ਪਾਸੇ ਹੀ ਜਿਹੜਾ ਹੀਟ ਸਟ੍ਰੋਕ ਤੋਂ ਵੀ ਬਚ ਕੇ ਰਹੋ, ਫਲੱਡਿੰਗ ਤੋਂ ਵੀ ਬਚ ਕੇ ਰਹੋ ਐਂਡ ਬੀ ਕੇਅਰਫੁਲ। ਆਪਣਾ ਬਹੁਤ ਧਿਆਨ ਰੱਖੋ, ਨਾਲ ਹੀ ਜਿਹੜਾ ਅਸੀਂ ਹਮੇਸ਼ਾ ਕੰਮ ਕਰਦੇ ਹਾਂ ਉਹਦੇ ਵਾਸਤੇ ਤਿਆਰ ਹੋ ਜਾਓ, ਬੈਠੋ ਸਾਡੇ ਨਾਲ ਔਰ ਗੱਲ ਕਰਦੇ ਹਾਂ। ਤੁਸੀਂ ਮੋਸਟਲੀ ਜਿਹੜੇ ਸਾਰੇ ਨਾਲ ਜੁੜੇ ਹੁੰਦੇ ਆ ਹਰ ਵਾਰੀ, ਉਹਨਾਂ ਨੇ ਸੁਣਿਆ ਹੋਣਾ ਇੱਕ ਖਾਸ ਤੌਰ 'ਤੇ ਸਾਡਾ ਸ਼ੋਅ ਹੀ ਚੱਲ ਰਿਹਾ ਸੀ ਜਿਹਦੇ ਵਿੱਚ ਇੱਕ ਯੂ ਨੋ ਵਿਊਅਰ ਨੇ ਵਿੱਚ ਆਪਣੀ ਗੱਲ ਕਰਨੀ ਸ਼ੁਰੂ ਕਰਤੀ ਸੀ, ਉਹਨਾਂ ਦਾ ਹੀ ਅਸੀਂ ਗੱਲ ਅੱਜ ਕਰਨ ਵਾਲੇ ਹਾਂ। ਆਈ ਨੋ ਸਾਡੇ ਕਲਚਰ ਦੇ ਵਿੱਚ ਕੀ ਇੱਕ ਜਿਹੜੀ ਮੈਨੂੰ ਲੱਗਦਾ ਸਟਰੈਂਥ ਹੈ ਬਾਕੀ ਕਲਚਰਸ ਨਾਲੋਂ, ਕਿ ਜੁਆਇੰਟ ਫੈਮਿਲੀ, ਸਾਰੇ ਇਕੱਠੇ ਰਹੋ, ਕੰਮ ਵੰਡੇ ਜਾਂਦੇ ਨੇ, ਰਿਸਪੋਂਸੀਬਿਲਿਟੀਜ਼ ਵੰਡੀਆਂ ਜਾਂਦੀਆਂ ਨੇ, ਪਿਆਰ ਵੱਧਦਾ। ਬਟ ਦੈਨ ਉਹ ਵੀ ਹੈਗਾ ਕਿ ਹਾਂ, ਅਗਰ ਨਹੀਂ ਉਸ ਯੂ ਨੋ ਜੁਆਇੰਟ ਫੈਮਿਲੀ ਠੀਕ ਨਹੀਂ ਬੈਠ ਰਹੀ, ਇਕੱਠੇ ਬੈਠ ਕੇ ਰੋਟੀ ਖਾਣਾ, ਬੈਠ ਕੇ ਉਹ ਜਿਹੜਾ ਪਿਆਰ ਹੈ ਉਹ ਨਹੀਂ ਹੋ ਰਿਹਾ ਔਰ ਉਸਦੀ ਜਗ੍ਹਾ ਕਲੇਸ਼ ਹੋ ਰਿਹਾ, ਕੌਨਫਲਿਕਟ ਹੋ ਰਿਹਾ, ਅਤੇ ਫਿਰ ਅਸੀਂ ਮੰਨਦੇ ਹਾਂ ਇਸ ਸ਼ੋਅ 'ਤੇ ਬੜੀ ਵਾਰੀ ਇਸ ਬਾਰੇ ਗੱਲ ਹੋਈ ਹੈ ਕਿ ਅਗਰ ਨਹੀਂ ਠੀਕ ਬੈਠਦਾ ਤਾਂ ਫਿਰ ਵੱਖਰੇ ਹੋਣਾ ਵੀ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਸਭ ਤੋਂ ਪਹਿਲੇ ਪ੍ਰਾਇਰਟੀ ਹੈ ਕਿ ਖੁਸ਼ੀ ਖੁਸ਼ੀ ਤੁਸੀਂ ਰਹੋ, ਜ਼ਿੰਦਗੀ ਉਸ ਤੋਂ ਜ਼ਿਆਦਾ ਵੱਡੀ ਹੈ, ਰਾਦਰ ਦੈਨ ਕਿ ਕੋਈ ਐਸੀ ਚੀਜ਼ ਕਿ ਹਾਂ ਇੰਝ ਹੀ ਹੋ ਸਕਦਾ ਹੈ, ਇਕੱਠੇ ਰਹਿਣਾ ਹੀ ਜ਼ਰੂਰੀ ਹੈ। ਆਈ ਨੋ ਕਈ ਕੰਡੀਸ਼ਨਸ ਪੋਸੀਬਲ ਵੀ ਨਹੀਂ ਹੁੰਦਾ ਕਿ ਸੈਪਰੇਟ ਹੋ ਸਕੋ, ਬਟ ਦੂਸਰੇ ਪਾਸੇ ਬਜ਼ੁਰਗਾਂ ਦੀ ਸੇਵਾ ਕਰਨੀ, ਬਜ਼ੁਰਗਾਂ ਦੇ ਬਾਰੇ, ਬਜ਼ੁਰਗਾਂ ਨੂੰ ਆਪਣਾ ਪੂਰਾ ਧਿਆਨ ਦੇਣਾ, ਉਹਨਾਂ ਦੀ ਮਦਦ ਕਰਨੀ, ਉਹਨਾਂ ਦੇ ਸੇਵਾ ਕਰਨੀ, ਬੜਾ ਇੱਕ ਸਾਡਾ ਇੱਕ ਕਲਚਰਲ ਅਗੇਨ ਉਹ ਵੀ ਇੱਕ ਸਟਰੈਂਥ ਹੈ, ਜਿੱਥੇ ਉਹਦੀ ਵੀ ਕਮੀ ਹੋਏ ਔਰ ਇਕੱਠੇ ਰਹਿਣ 'ਚ ਉਹਦੇ 'ਚ ਮੈਂ ਸ਼ੁਰੂਆਤ 'ਚ ਇਹ ਕਹਿ ਰਹੀ ਹਾਂ ਕਿ ਬਹੁਤ ਜ਼ਿਆਦਾ ਚਾਂਸਿਸ ਇਹੀ ਲੱਗਦੇ ਨੇ ਕਿ ਬੈਟਰ ਹੈ ਕਿ ਤੁਸੀਂ ਪਰੇ ਹੋ ਜਾਓ। ਹੁਣ ਇਹ ਮੈਂ ਪਹਿਲੇ ਤਾਂ ਸਭ ਤੋਂ ਪਹਿਲੇ ਤੁਹਾਡੇ ਨਾਲ ਇਹ ਸ਼ੇਅਰ ਕਰਾਂ ਕਿ ਇਹਨਾਂ ਨੇ ਕੀ ਸ਼ੇਅਰ ਕੀਤਾ ਮੇਰੇ ਨਾਲ, ਕੀ ਆਪਣੀ ਆਪਣੀ ਜਿਹੜੀ ਗਥਾ, ਆਪਣੀ ਸਟੋਰੀ, ਆਪਣੀ ਸਿਚੁਏਸ਼ਨ ਸ਼ੇਅਰ ਕਰ ਰਹੇ ਨੇ ਜਿਹੜੀ, ਉਹ ਮੈਂ ਸਾਰਿਆਂ ਨਾਲ ਸਾਂਝੀ ਕਰ ਦਿੰਦੀ ਹਾਂ। ਇਹਨਾਂ ਦਾ ਕਹਿਣਾ ਹੈ ਕਿ 3 ਸਾਲ ਪਹਿਲੇ ਤੋਂ ਇਹਨਾਂ ਦੇ ਪੁੱਤਰ ਦੀ ਵਾਈਫ ਇੱਥੇ ਆਈ ਹੈ, 2015 'ਚ ਵਿਆਹ ਹੋਇਆ, 16 ਦੇ ਵਿੱਚ ਉਹ ਇੱਥੇ ਆਈ ਹੈ ਔਰ 2 ਸਾਲ ਦਾ ਬੱਚਾ ਹੈ, 2.5 ਸਾਲ ਦਾ ਬੱਚਾ ਹੈ, 2 ਸਾਲ ਦਾ ਬੱਚਾ ਹੈ। ਇਹਦੇ ਨਾਲ ਬਿਲਕੁਲ ਬਣ ਨਹੀਂ ਰਹੀ। ਉਹਨਾਂ ਦਾ ਕਹਿਣਾ ਹੈ ਕਿ ਉਹ ਜਦੋਂ ਲੜਾਈ ਹੁੰਦੀ ਹੈ ਤਾਂ ਇਹਨਾਂ ਨੂੰ ਕੁੱਟ ਵੀ ਦਿੰਦੀ ਹੈ। ਆਈ ਮੀਨ ਇਕਦਮ ਪਹਿਲੇ ਦਿਲ ਧੱਕ ਜਾਂਦਾ ਹੈ ਕਿ ਇੱਕ ਬਜ਼ੁਰਗਾਂ ਨੂੰ, ਆਈ ਮੀਨ ਐਲਡਰ ਅਬਿਊਜ਼ ਇਜ਼ ਰੀਅਲ, ਅਸੀਂ ਲੋਕ ਸੋਚਦੇ ਹਾਂ ਕਿਸ ਤਰ੍ਹਾਂ ਹੋ ਸਕਦਾ ਹੈ, ਪਰ ਉਹ ਰੀਅਲ ਹੈ, ਹੁੰਦਾ ਹੈ। ਪਰ ਇੱਥੇ ਆਪਣੇ ਕਲਚਰ ਸੁਣਨ ਆਏ ਤਾਂ ਬਹੁਤ ਬਹੁਤ ਅਫਸੋਸ ਹੁੰਦਾ ਹੈ। ਪਰ ਓਵਰਆਲ ਦੇਖਿਆ ਜਾਏ ਜਿਸ ਤਰ੍ਹਾਂ ਉਹਨਾਂ ਨੇ ਸਾਰੀ ਗੱਲ ਦੱਸੀ ਹੈ, ਮੈਂ ਯੂ ਨੋ ਐਜ਼ ਇਜ਼ ਜੋ ਮੈਨੂੰ ਪਤਾ ਲੱਗਿਆ ਉਹ ਮੈਂ ਪਹਿਲੇ ਸ਼ੇਅਰ ਕਰ ਦਿੰਦੀ ਹਾਂ। 75 ਸਾਲ ਦੇ ਨੇੜੇ ਦੇ ਦੋਨੋਂ ਹਸਬੈਂਡ ਵਾਈਫ ਹੈਗੇ ਹੈ, ਦੋਨਾਂ ਕੋਲ ਅਮੈਰੀਕਨ ਪਾਸਪੋਰਟ ਹੈ। ਸੋ ਪੁੱਤਰ ਨੇ ਯੂ ਨੋ ਮੰਗਾਇਆ ਹੋਣਾ, ਪੁੱਤਰ ਇਹਨਾਂ ਦਾ ਬਹੁਤ ਪਹਿਲੇ ਦਾ 97 ਔਰ ਸਮਥਿੰਗ ਪਹਿਲੇ ਦਾ ਆਇਆ ਹੋਇਆ ਇੱਥੇ, ਕਿਸੇ ਗੋਰੀ ਨਾਲ ਵਿਆਹ ਹੋ ਕੇ ਪੱਕਾ ਵੀ ਹੋਇਆ ਇੱਥੇ, 16 ਸਾਲ ਉਹਦੇ ਨਾਲ ਰਿਹਾ। ਪਰ ਕਹਿੰਦੇ ਨੇ ਕਿ ਉਹ ਜਨਾਨੀ ਜਿਹੜੀ ਗੋਰੀ ਸੀਗੀ ਉਹ ਬੜੀ ਵੱਡੀ ਸੀ। ਸੋ 2013 ਦੇ ਵਿੱਚ ਉਹਦੇ ਨਾਲ ਡਿਵੋਰਸ ਹੋ ਗਿਆ। ਅਖਬਾਰਾਂ ਦੇ ਥਰੂ ਇਸ ਜੋ ਜਿਹਦੇ ਨਾਲ ਹੁਣ ਵਿਆਹੇ ਹੋਏ ਨੇ ਉਹ ਲੱਭੀ, ਇੰਡੀਆ ਤੋਂ ਆਈ ਹੈ। ਸੋ ਉਹ ਜਦੋਂ ਆਏ ਨੇ ਇਹਨਾਂ, ਇਹ 2010 ਦੇ ਇਹ ਵੀ ਇੱਥੇ ਆਏ ਹੋਏ ਨੇ, ਕਿਉਂਕਿ ਜਿਸ ਤਰ੍ਹਾਂ ਪੁੱਤਰ ਯੂ ਨੋ ਸਿਟੀਜ਼ਨ ਬਣਿਆ ਹੋਣਾ ਉਹਨਾਂ ਨੇ ਸਪੋਂਸਰ ਕੀਤਾ। ਸੋ 2010 ਦੇ ਇਹ ਵੀ ਇੱਥੇ ਆਏ ਹੋਏ ਨੇ, ਇਹਨਾਂ ਦੇ ਸਾਹਮਣੇ ਹੀ ਮਤਲਬ ਵਿਆਹ ਵਿਊ ਹੋਇਆ, ਇੰਡੀਆ ਵਿਆਹ ਕੇ ਆਏ ਨੇ। ਔਰ ਉਹਦੇ ਵਿੱਚ ਹੁਣ ਜਿਹੜੀ ਇਹ ਹੈ ਕਿ ਜਿਹੜਾ ਪੁੱਤਰ ਹੈ ਉਹ ਟਰੱਕ ਚਲਾਉਂਦਾ। ਸੋ ਕਦੀ ਆਉਣਾ, ਕਦੀ ਜਾਣਾ, 2 ਦਿਨ, ਕਦੀ 3 ਦਿਨ, ਕਦੀ ਕਦੀ 10 ਦਿਨ,
ਬਾਹਰ ਰਹਿੰਦਾ ਹੈ, ਪਰ ਇਹ ਤੇ ਨੂੰਹ ਤੇ ਛੋਟਾ ਬੱਚਾ ਇਕੱਠੇ ਰਹਿੰਦੇ ਨੇ। ਨੂੰਹ ਤੇ ਇਹਨਾਂ ਦੀ ਬਣਦੀ ਨਹੀਂ, ਬਹੁਤ ਲੜਾਈਆਂ ਹੁੰਦੀਆਂ, ਕਿਸੇ ਨਾ ਕਿਸੇ ਗੱਲ ਤੇ ਕਨਫਲਿਕਟ ਸ਼ੁਰੂ ਹੋ ਜਾਂਦਾ। ਐਂਡ ਕਹਿੰਦੇ ਨੇ ਕਿ ਕੰਮ ਬਿਲਕੁਲ ਨਹੀਂ ਕਰਦੀ, ਅਸੀਂ ਸਾਰਾ ਕੰਮ ਕਰਦੇ ਹਾਂ। ਉਹ ਪਹਿਲੇ ਜੌਬ ਕਰਦੀ ਸੀ, ਬਾਹਰ ਵੀ ਜੌਬ, ਉਹ ਇਹਨਾਂ ਦੇ ਹਿਸਾਬ ਨਾਲ ਉਹ ਜੌਬ 'ਤੇ ਵੀ ਬਥੇਰਾ ਲੜਦੀ ਰਹਿੰਦੀ ਹੈ, ਔਰ ਫਿਰ ਛੋੜ ਕੇ ਘਰ ਬੈਠ ਗਈ ਸੀ। ਫਿਰ ਹੁਣ ਦੁਬਾਰਾ 2 ਸਾਲਾਂ ਤੋਂ ਫਿਰ ਜੌਬ ਕਰ ਰਹੀ ਹੈ। ਸੋ ਕੰਮ ਸਾਰਾ ਇਹੀ ਕਰਦੇ ਨੇ, ਮਤਲਬ ਸਬਜ਼ੀ ਬਣਾਉਣਾ, ਉਹ ਸਭਨਾ ਤੁਹਾਨੂੰ ਸਾਹਮਣੇ ਵੀ ਕਹਿ ਰਹੇ ਸੀ। ਬੱਚੇ ਨੂੰ ਪੂਰੀ ਤਰ੍ਹਾਂ ਇਹ ਦੇਖਦੇ ਨੇ, ਰਾਤ ਨੂੰ ਉਹ ਜਦੋਂ ਘਰ ਆਉਂਦੀ ਹੈ ਤਾਂ ਉਹ ਫੁਲਕੇ ਉਤਾਰਦੀ ਹੈ, ਪਰ ਕਿਸੇ ਨਾ ਕਿਸੇ ਕੋ ਦੀ ਛੁੱਟੀ ਵਾਲਾ ਦਿਨ ਜਾਂ ਕੋਈ ਹੋਰ ਦਿਨ ਹੈ ਅਤੇ ਲੜਾਈ ਕਿਸੇ ਨਾ ਕਿਸੇ ਗੱਲ 'ਤੇ ਹੋ ਜਾਂਦੀ ਹੈ। ਕਹਿੰਦੇ ਕੁਝ ਦੇਰ ਦੇ ਵਿੱਚ 3-4 ਵਾਰੀ ਐਸਾ ਹੋਇਆ ਕਿ ਇਹਨਾਂ ਨੇ ਕੁਝ ਕਿਹਾ, ਹਸਬੈਂਡ ਨੇ ਕੁਝ ਕਿਹਾ ਅਤੇ ਦੋਨਾਂ ਦੀ ਹੱਥਾਂ ਮੁੱਕੀ, ਮਤਲਬ ਉਹ ਹੋ ਗਈ ਆ। ਉਹ ਸਾਰਿਆਂ ਨੂੰ ਇਹ ਕਹਿੰਦੀ ਹੈ ਕਿ ਮੈਨੂੰ ਸੱਸ ਸਹੁਰੇ ਨੇ ਲੜੀ ਹੈ, ਮੈਨੂੰ ਕੁੱਟਿਆ, ਇਸ ਪਿੱਛੇ ਮੈਂ ਮਾਰ ਰਹੀ ਹਾਂ। ਪਰ ਇਹ ਕਹਿੰਦੇ ਨੇ ਕਿ ਸਾਨੂੰ ਭਾਵੇਂ ਮਸ਼ੀਨ ਦੇ ਸਾਹਮਣੇ ਬਿਠਾ ਲਓ, ਜਿਹਦੇ ਤੋਂ ਤੁਸੀਂ ਝੂਠ ਸੱਚ ਸਾਰਾ ਯੂਨੋ ਸਿੱਧਾ ਹੋ ਜਾਏਗਾ। ਸੋ ਜੋ ਵੀ ਹੈ, ਇੰਨਾ ਜ਼ਰੂਰ ਸਮਝ ਆਉਂਦੀ ਹੈ ਕਿ ਕੌਨਫਲਿਕਟ ਹੁੰਦਾ ਜਿਹਦੇ ਵਿੱਚ ਦੋਨੋਂ ਇਹਨਾਂ ਨੂੰ ਕੁੱਟ ਪੈ ਚੁੱਕੀ ਹੈ। ਸੋ ਪੁਲਿਸ ਵੀ ਆ ਚੁੱਕੀ ਹੈ, ਕੇਸ ਵੀ ਬਣਿਆ, ਵਾਪਸ ਚਲੇ ਗਏ ਵੀ ਠੀਕ ਹੈ, ਸਭ ਠੀਕ ਰਹਿ ਜਾਓ। ਕਹਿੰਦੇ ਨੇ ਕਿ ਉਸ ਵੇਲੇ ਇਹੀ ਕਹਿੰਦੀ ਹੈ ਕਿ ਮੇਰੇ ਮੰਮੀ ਪਾਪਾ ਨੇ ਮੈਂ ਬੜੀ ਇੱਜ਼ਤ ਕਰਦੀ ਹਾਂ, ਤੁਸੀਂ ਯੂਨੋ ਐਵੇਂ ਹੀ ਇਹਨਾਂ ਨੇ ਕੀਤਾ ਸੀ ਅਤੇ ਮੈਂ ਇੰਝ ਕਹਿਤਾ। ਸੋ ਉਹ ਪੁਲਿਸ ਚਲੀ ਗਈ। ਹੁਣ ਕੀ ਕਹਿੰਦੇ ਹੋ ਇਹਨਾਂ ਨੂੰ, ਕਿਸ ਤਰ੍ਹਾਂ ਦੀ ਸਲਾਹ ਦਿੰਦੇ ਹੋ? ਸਾਰਿਆਂ ਦੀ ਗੱਲ ਸੁਣਨਾ ਚਾਹੁੰਦੇ ਨੇ, ਕਹਿੰਦੇ ਨੇ ਗੱਲਬਾਤ ਵਾਲਿਆਂ ਨੂੰ ਪੁੱਛੋ ਕਿ ਅਸੀਂ ਕੀ ਕਰੀਏ, ਅਸੀਂ ਬੜੇ ਪਰੇਸ਼ਾਨ ਹਾਂ, ਦੁਖੀਆਂ ਬਹੁਤ ਕਿ ਇਸ ਉਮਰ ਦੇ ਵਿੱਚ ਥੱਪੜ ਤਾਂ ਐਵੇਂ ਹੀ ਮਾਰ ਦਿੰਦੀ ਆ ਉਹ। ਜੋ ਲੇਡੀ ਆ ਉਹ ਕਹਿ ਰਹੇ ਕਿ ਮੈਨੂੰ ਮਾਰ ਤੇ ਬਾਕੀ ਹਸਬੈਂਡ ਤੱਕ ਨੂੰ, ਮਤਲਬ ਸਹੁਰੇ ਨੂੰ ਥੱਲੇ ਢਾ ਕੇ ਕੁੱਟ ਚੁੱਕੀ ਹੈ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਰਿਸੋਰਸਿਸ ਹੈਗੇ ਹੈ, ਕਿਸ ਤਰ੍ਹਾਂ ਯੂਟੀਲਾਈਜ਼ ਕਰਨੇ? ਦੋਨੋਂ ਕਹਿ ਰਹੇ ਕਿ ਅਸੀਂ ਅਨਪੜ੍ਹ ਹਾਂ, ਮਤਲਬ ਜਿਹੜੀ ਲੇਡੀ ਹੈ ਉਹ ਕਹਿੰਦੇ ਮੈਨੂੰ ਬਿਲਕੁਲ ਲਿਖਣਾ ਪੜ੍ਹਨਾ ਨਹੀਂ ਆਉਂਦਾ, ਹਸਬੈਂਡ ਵੀ ਇਹੀ ਕਹਿ ਰਿਹਾ ਕਿ ਮੇਰੀ ਇੰਗਲਿਸ਼ ਚੰਗੀ ਨਹੀਂ, ਸੋ ਮੈਨੂੰ ਇੱਕ ਐਪਰੀਹੈਂਸ਼ਨ ਜ਼ਰੂਰ ਹੈ ਕਿ ਮੈਂ ਕਿਸੇ ਨਾਲ ਜਾ ਕੇ ਗੱਲ ਕਿਵੇਂ ਕਰਾਂਗਾ, ਆਪਣੇ ਬਾਰੇ ਕਿਵੇਂ ਦੱਸਾਂਗਾ। ਪਰ ਫਿਰ ਵੀ ਇਸ ਮੁਕਾਮ 'ਤੇ ਹੈਗੇ ਨੇ ਕਿ ਹਾਂ ਇਸ ਘਰ 'ਚ ਰਿਹਾ ਨਹੀਂ ਜਾ ਰਿਹਾ। ਹੋਰ ਕੀ ਸਲਾਹ ਦਿੰਦੇ ਹੋ, ਜੇ ਸਲਾਹ ਦਿੰਦੇ ਹੋ ਤਾਂ ਹੋਰ ਥੋੜ੍ਹੀਆਂ ਟਿਪਸ ਕਿ ਕਿਸ ਤਰ੍ਹਾਂ ਉਹ ਇਹ ਚੀਜ਼ ਨੂੰ ਫੋਲੋ ਕਰ ਸਕਦੇ ਨੇ? ਪਲੀਜ਼ ਜ਼ਰੂਰ ਕਾਲ ਕਰੋ, ਬਹੁਤ ਜ਼ਰੂਰੀ ਹੈ, ਕਿਉਂਕਿ ਐਲਡਰ ਅਬਿਊਜ਼ ਦੂਜੀਆਂ ਕਮਿਊਨਿਟੀਜ਼ ਵਿੱਚ ਸੁਣਨ ਨੂੰ ਮਿਲਦਾ ਹੈ, ਆਪਣੀ ਕਮਿਊਨਿਟੀ 'ਚ ਵੀ ਹੈ ਸਾਨੂੰ ਪਤਾ ਹੈ, ਪਰ ਬਾਹਰ ਨਹੀਂ ਆਉਂਦਾ। ਬਹੁਤ ਵਾਰੀ ਆਪਣੇ ਬੱਚਿਆਂ ਦਾ ਹੀ ਪਰਦਾ, ਯੂਨੋ ਮਾਪੇ ਹੀ ਪਰਦਾ ਢੱਕਦੇ ਰਹਿੰਦੇ ਨੇ ਕਿ ਕੀ ਕਹੇਗੀ ਦੁਨੀਆ। ਔਰ ਸੋ ਇੰਡੀਅਨ ਕਮਿਊਨਿਟੀ ਦੇ ਵਿੱਚ ਜੇ ਹੈ ਵੀ ਹੈ ਫਾਈਨੈਂਸ਼ੀਅਲ ਅਬਿਊਜ਼ ਜਾਂ ਫਿਰ ਫਿਜ਼ੀਕਲ, ਜਿਸ ਤਰ੍ਹਾਂ ਇਹ ਦੱਸਦੇ ਪਏ ਨੇ, ਔਰ ਹੁਣ ਕਹਿੰਦੇ ਨੇ ਦੋਨਾਂ ਦੀ ਪੈਨਸ਼ਨ ਲੱਗ ਗਈ ਹੈ, ਸੋ ਸ਼ਾਇਦ ਸਰਵਾਈਵ ਖੁਦ ਵੀ ਕਰ ਸਕਦੇ ਨੇ, ਜੋ ਵੀ ਤੁਹਾਡੇ ਦਿਮਾਗ 'ਚ ਆਉਂਦਾ ਪਲੀਜ਼ ਜ਼ਰੂਰ ਦੱਸੋ, ਕਿਉਂਕਿ ਇਹ ਮੁੱਦਾ ਪ੍ਰੋਬਬਲੀ ਇਹ ਨਹੀਂ ਹੈ ਕਿ ਅਸੀਂ ਸਿਰਫ ਇਹਦਾ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਕੋਈ ਵੀ ਐਸੇ ਜੋ ਹੋਰ ਸੁਣਦੇ ਹੋਣ ਔਰ ਸ਼ਾਇਦ ਕਦੀ ਹਿੰਮਤ ਨਾ ਕਰਨ ਕਿ ਉਹ ਗੱਲ ਕਰਨ ਇੱਥੇ, ਉਹਨਾਂ ਦੇ ਵਾਸਤੇ ਵੀ ਸਾਡੀ ਆਵਾਜ਼ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿ ਸਹਿਣ ਦੀ ਲੋੜ ਨਹੀਂ ਹੈ ਔਰ ਉਹਦੇ ਬਾਰੇ ਕੀ ਕਰਨਾ। ਆਈ ਅੰਡਰਸਟੈਂਡ ਕਿ ਉਹ ਲੇਡੀ ਜਿਹੜੀ ਵਿਆਹ ਕੇ ਆਈ ਹੈ, ਕੋਈ ਵੀ ਰੀਜ਼ਨ ਹੋ ਸਕਦਾ, ਉਹ ਕਾਫੀ ਛੋਟੀ ਹੋ ਸਕਦੀ ਹੈ, ਉਹਦੀ ਫਰਸਟ੍ਰੇਸ਼ਨ ਹੋ ਸਕਦੀ ਹੈ, ਪਰ ਕੋਈ ਵੀ ਰੀਜ਼ਨ ਉਹਨਾਂ ਨੂੰ ਇਹ ਐਕਸਕਿਊਜ਼ ਨਹੀਂ ਦਿੰਦਾ ਕਿ ਉਹ ਇੱਕ ਇਹਨਾਂ ਬਜ਼ੁਰਗਾਂ ਨੂੰ ਮਾਰੇ। ਸੋ ਪਲੀਜ਼ ਜ਼ਰੂਰ ਕਾਲ ਕਰੋ, ਕੀ ਸੋਚਦੇ ਹੋ ਤੁਸੀਂ, ਕੀ ਇਹਨਾਂ ਦਾ ਹੱਲ ਹੈ, ਇਹਨਾਂ ਨੂੰ ਕੀ ਕਰਨਾ ਚਾਹੀਦਾ, ਔਰ ਫਿਰ ਉਹ ਕਰਨ 'ਚ ਕੀ ਮਦਦ ਮਿਲ ਸਕਦੀ ਹੈ? ਜ਼ਰੂਰ ਲੈਟਸ ਟਾਕ ਅਬਾਊਟ ਇਟ। ਇੰਜ ਕਰਦੀ ਹਾਂ, ਸੋਚ ਕੇ ਰੱਖੋ, ਮੈਂ ਵੀ ਵਿੱਚ ਇਹਨਾਂ ਨਾਲ ਗੱਲ ਕਰਦੀ, ਮੈਂ ਕਿਹਾ ਸੀਗਾ ਕਿ ਉਸ ਦਿਨ ਆਇਓ ਤਾਂ ਤੁਸੀਂ ਖੁਦ ਅਗਰ ਕਾਲ ਦੇ ਵਿੱਚ ਯੂਨੋ ਕਾਲ ਲੈ ਸਕਦੇ ਹੋ। ਕਹਿੰਦੇ ਨਹੀਂ ਉਹ ਨਹੀਂ। ਸੋ ਮੈਂ ਸਮਝਦੀ ਹਾਂ ਉਹ ਚੀਜ਼ ਦਾ ਡਰ ਔਰ ਕਮਿਊਨਿਟੀ ਦਾ ਕਿ ਅਸੀਂ ਸਾਰੇ ਪਾਸੇ ਯੂਨੋ ਜਾਣਦੇ ਨੇ ਸਾਰੇ। ਸੋ ਜ਼ਰੂਰ ਮੈਂ ਇਹਨਾਂ ਨਾਲ ਗੱਲ ਕਰਦੀ ਹਾਂ, ਤੁਸੀਂ ਆਪਣੀ ਗੱਲ ਜ਼ਰੂਰ ਸੋਚ ਕੇ ਰੱਖੋ। ਇੰਝ ਕਰਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੀ ਹਾਂ, ਵਾਪਸ ਹਾਜ਼ਰ ਹੋਣੀ ਹਾਂ, ਕਾਲ ਤੁਸੀਂ ਮਿਲਾ ਕੇ ਰੱਖੋ। ਸਾਰਿਆਂ ਦਾ ਫਿਰ ਸਵਾਗਤ ਹੈ। ਆਈ ਅੰਡਰਸਟੈਂਡ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੇਅਰ ਕਰਨਾ ਇੱਕ ਆਪ ਵਿੱਚ ਹੀ ਬਹੁਤ ਬੜਾ ਵੱਡਾ ਚੈਲੰਜ ਹੈ, ਕਿਉਂਕਿ ਬਹੁਤ ਰੀਜ਼ਨਸ ਹੈ ਜਿਹਦੇ ਨਾਲ ਪੇਰੈਂਟਸ ਜਾਂ ਐਲਡਰਸ ਜਿਹੜੇ ਆ ਉਹ ਦੱਸਣਗੇ ਨਹੀਂ, ਸਪੈਸ਼ਲੀ ਜਦੋਂ ਆਪਣੇ ਹੀ ਬੱਚਿਆਂ ਤੋਂ ਅਬਿਊਜ਼ ਹੋ ਰਹੇ ਹੋਣ। ਸੋ ਬੜੇ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਹੋਰ ਵੀ ਡਿਸਕਸ ਕਰਾਂਗੇ ਜੇ ਕੋਈ ਹੋਰ ਸੁਣ ਰਿਹਾ, ਬਟ ਇਹਨਾਂ ਨੂੰ ਕੀ ਕਹੋਗੇ ਜ਼ਰੂਰ ਕਾਲ ਕਰੋ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਅਮਰ ਜੀ। ਹਾਂਜੀ ਹਾਂਜੀ ਜਸਪ੍ਰੀਤ ਦੱਸੋ ਕੀ ਹਾਲ ਹੈ ਤੁਹਾਡਾ? ਥੈਂਕ ਯੂ ਜੀ ਵਧੀਆ। ਤੇ ਪਹਿਲੀ ਵਾਰੀ ਮੇਰੇ ਖਿਆਲ ਇਦਾਂ ਦਾ ਕੇਸ ਸੁਣਿਆ ਜੀ। ਬੜਾ ਸੈਡ ਬੜਾ ਦੁੱਖ ਹੋਇਆ ਜੀ। ਤੁਸੀਂ ਜਿੱਦਾਂ ਕਹਿੰਦੇ ਹੋ ਨਾ, ਮੈਂ ਫੀਲ ਕਰਦੀ ਆ ਇਹ ਵੀ ਐਲਡਰ ਅਬਿਊਸ ਦੇ ਥੱਲੇ ਆਉਂਦਾ ਹੈਗਾ। ਇਹਨਾਂ ਇਸ ਕੰਟਰੀ ਚ ਰਹਿ ਰਿਹਾ, ਇਹਨਾਂ ਦੇ ਰਾਈਟਸ ਹੈਗੇ ਆ ਕਿਉਂਕਿ ਸੀਨੀਅਰ ਸਿਟੀਜ਼ਨ ਹੈਗੇ ਆ। ਓਕੇ, ਤੇ ਇੱਦਾਂ ਪਤਾ ਨੀ, ਸਭ ਤੋਂ ਪਹਿਲਾਂ ਮੈਂ ਪੁੱਛਾਂਗੀ ਕੀ ਇਹਨਾਂ ਦੇ ਬੇਟੇ ਨੂੰ ਪਤਾ ਹੈਗਾ ਇੱਦਾਂ? ਹਾਂਜੀ ਪਤਾ ਹੈਗਾ, ਬਿਕੋਜ਼ ਇੱਕ ਵਾਰੀ ਪਿੱਛੇ ਜਿਹੜੀ ਗੱਲ ਹੋਈ ਹੈ ਉਹ ਕਹਿੰਦੇ ਨੇ ਅਸੀਂ ਪੁੱਤਰ ਨੂੰ ਫੋਨ ਕੀਤਾ, ਹੀ ਵਾਜ਼ਨਟ ਹੇਅਰ, ਹੀ ਸੈਡ ਕਾਲ ਦ ਪੁਲਿਸ, ਪੁਲਿਸ ਆਈ ਹੈ, ਸੋ ਆਲ ਦੈਟ ਉਹਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਇਹਨਾਂ ਦੀਆਂ ਹੋਰ ਧੀਆਂ ਵੀ ਹੈਗੀਆਂ, ਇੰਡੀਆ ਹੈਗੀਆਂ ਦੋ, ਇੱਥੇ ਇੱਕ ਕੋਈ ਦੂਰ ਯੂ ਨੋ ਯੂ ਐਸ ਦੇ ਵਿੱਚ ਹੈਗੀਆਂ, ਸੋ ਤਕਰੀਬਨ ਸਭ ਨੂੰ ਪਤਾ ਕਿ ਇਹ ਹੋ ਰਿਹਾ। ਸੋ ਬਸ ਸੋ ਪਲੀਜ਼ ਸੋ, ਮੈਂ ਵੀ ਕਈ ਵਾਰੀ ਹੋ ਚੁੱਕਿਆ ਹੈਗਾ ਤੇ ਕੁਛ ਹੁੰਦਾ ਨੀ ਬਸ, ਤੇ ਉਹਦੀ ਹਿੰਮਤ ਇਸ ਤਰ੍ਹਾਂ ਮੈਂ ਹੈਰਾਨ ਹੁੰਦੀ ਹਾਂ। ਇਹਨਾਂ ਦਾ ਤਾਂ ਜੀਣਾ ਹਰਾਮ ਹੋ ਗਿਆ, ਤੇ ਕੋਈ ਜਿਹੜੀਆਂ ਕੀ ਸੁਜੈਸਟ ਕੀ ਕਰਦੇ ਹੋ ਤੁਸੀਂ ਜਸਪ੍ਰੀਤ ਨਾਓ? ਜੇ ਜਿਸ ਕਾਉਂਟੀ ਚ ਹੈਗਿਆ ਨਾ, ਹਾਂਜੀ, ਜਿਹੜੀ ਸਰਵਿਸਿਸ ਡਿਪਾਰਟਮੈਂਟ ਹੈਗੀ ਆ ਉਹਨਾਂ ਦੀ ਕਾਉਂਟੀ ਦੇ ਵਿੱਚ ਜੀ, ਉਹ ਹੋਰ ਇਨਫੋਰਮੇਸ਼ਨ ਉਹਨਾਂ ਤੋਂ ਲੈ ਸਕਦੇ ਆ। ਇਹਨਾਂ ਨੂੰ ਕਿਸੇ ਦੀ ਮਦਦ ਚਾਹੀਦੀ ਆ ਕਿਉਂਕਿ ਅੰਗਰੇਜ਼ੀ ਨਹੀਂ ਆਉਂਦੀ ਜ਼ਿਆਦਾ, ਪਰ ਪਤਾ ਕਰਨ ਇਹਨਾਂ ਦੇ ਲੀਗਲੀ ਵੀ ਨਾ ਕੀ ਰਾਈਟਸ ਹੈਗੇ ਆ, ਬਈ ਉਹਨਾਂ ਨੂੰ ਦੱਸਣਾ ਪਏਗਾ ਵੀ ਇਸ ਤਰ੍ਹਾਂ ਹੋ ਰਿਹਾ। ਕੱਲ ਨੂੰ ਕੀ ਪਤਾ ਕੀ ਹੋਏ, ਇਹਨਾਂ ਨੂੰ ਕੋਈ ਸੱਟ, ਆਈ ਮੀਨ ਏਦਾਂ ਜੀਣਾ ਦੇ ਉਹ ਦੱਸ ਸਕਦੇ ਆ ਉਹਨਾਂ ਦੇ ਰਾਈਟ ਕੀ ਹੈਗੇ ਆ ਲੀਗਲੀ। ਤੇ ਸੀਨੀਅਰ ਡਿਪਾਰਟਮੈਂਟ ਹੁੰਦੀ ਆ ਉਹ ਐਲਡਰ ਅਬਿਊਸ ਦੇ ਕਹਿ ਸਕਦੇ ਇਸ ਤਰ੍ਹਾਂ ਹੋ ਰਿਹਾ, ਸਪੈਸਿਫਿਕਲੀ ਸਾਰਾ ਦੱਸਣ ਕੀ ਹੋ ਰਿਹਾ, ਕਦੋਂ ਹੋਇਆ, ਤੇ ਉਹ ਡਿਸਕਸ ਕਰਨ ਉਹਨਾਂ ਦੇ ਨਾਲ ਪ੍ਰਾਈਵੇਟਲੀ, ਕੋਈ ਇੰਗਲਿਸ਼ ਸਪੀਕਿੰਗ ਪਰਸਨ ਇਹਨਾਂ ਨਾਲ ਜਾਏ। ਤੇ ਉਸ ਤੋਂ ਬਾਅਦ ਮੈਂ ਆਈ ਮੀਨ ਜੇ ਕਿਸੇ ਵਕੀਲ ਨਾਲ ਵੀ ਲੀਗਲੀ ਆਪਣੇ ਰਾਈਟਸ ਪਤਾ ਕਰਨੇ ਹੋਣ ਨਾ ਵੀ ਕੀ ਕੁਛ ਇਹ ਕਰ ਸਕਦੇ ਆ, ਕੀ ਆਪਸ਼ਨਸ ਹੈਗੇ ਆ, ਉਹ ਇਨਫੋਰਮੇਸ਼ਨ ਲੈ ਤੇ ਅੱਗੇ ਫਿਰ ਦੇਖਣ ਕੀ ਕਰ ਸਕਦੇ ਆ। ਠੀਕ ਹੈ ਜਸਪ੍ਰੀਤ, ਮੈਂ ਹੋਰ ਤੁਹਾਡੇ ਨਾਲ ਗੱਲ ਕਰਦੇ ਹਾਂ, ਇਹ ਵੀ ਧਿਆਨ ਆ ਰਿਹਾ ਕਿ ਇਹ ਸਿਚੁਏਸ਼ਨ ਐਸੀ ਹੈ ਜਿਹਦੇ 'ਚ ਜੋ ਤੁਸੀਂ ਕਹਿ ਰਹੇ ਹੋ ਕਿ ਪਤਾ ਕਰਨ, ਅਗਰ ਤੁਸੀਂ ਕੋਈ ਵੀ ਜਾਣਦਾ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਉਹ ਵੀ ਪਲੀਜ਼ ਕਾਲ ਕਰੋ, ਸੋ ਦੈਟ ਵੀ ਗਿਵ ਦੈਮ ਦਾ ਇਨਫੋਰਮੇਸ਼ਨ ਆਲਸੋ। ਯੂ ਨੋ ਅਗਰ ਇੰਡੀਆਨਾ ਦੇ ਕੋਲ ਕੋਈ ਹੈਗਾ ਹੈ ਔਰ ਜਾਣਦਾ ਹੈ ਕਿ ਉਸ ਏਰੀਏ ਦੇ ਵਿੱਚ ਕੀ ਹੈ, ਕਿਉਂਕਿ ਹਰ ਸਟੇਟ ਦਾ ਹਰ ਕਾਉਂਟੀ ਦਾ ਥੋੜ੍ਹਾ ਫਰਕ ਹੈ, ਸੋ ਅਗਰ ਤੁਹਾਨੂੰ ਹੋਰ ਇਨਫੋਰਮੇਸ਼ਨ ਤੁਸੀਂ ਕੋਈ ਪ੍ਰੋਵਾਈਡ ਕਰ ਸਕਦਾ ਤਾਂ ਪਲੀਜ਼ ਮੈਂ ਯੂ ਨੋ ਮੈਨੂੰ ਅਰਵਿੰਦ ਐਟ ਜਸਟ ਬ੍ਰੋਡਕਾਸਟਿੰਗ ਵੀ .com ਤੇ ਵੀ ਲਿਖ ਸਕਦੇ ਹੋ ਐਂਡ ਫੇਸਬੁੱਕ ਪੇਜ 'ਤੇ ਵੀ ਮੈਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਅਤੇ ਮੈਂ ਪਾਸ ਔਨ ਵੀ ਕਰ ਦਾਂਗੀ। ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਬੇਟਾ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ, ਕੀ ਕਹਿੰਦੇ ਹੋ? ਕੀ ਕਹਾਂ, ਮੈਂ ਕਹਾਂਗੀ ਅਸੀਂ ਕਈ ਵਾਰੀ ਫਰਿਆਦ ਸੁਣ ਚੁੱਕੇ ਹਾਂ ਪਹਿਲਾਂ ਵੀ। ਅੱਛਾ, ਤਾਂ ਕੁੜੀਆਂ ਕਹਿੰਦੇ, ਮੈਂ ਵੀ ਇੱਕ ਦਿਨ ਕਿਹਾ ਸੀ ਅਰਵਿੰਦ ਕੋਲ ਜਾਓ, ਉਹਨੂੰ ਕਾਲ ਕਰੋ। ਅੱਛਾ ਜੀ, ਐਡਾ ਲੰਮਾ ਚੌੜਾ ਆਪਾਂ ਵਕੀਲ ਰੱਖੀਏ ਉਹ ਰੱਖੀਏ ਉਹਨੇ, ਮੈਂ ਇਹ ਚੀਜ਼ ਨੂੰ ਮੈਂ ਨੀ ਸਮਝਦੀ, ਸਭ ਕੁਛ ਹੋ ਚੁੱਕਿਆ। ਠੀਕ ਹੈ, ਓਕੇ। ਜਦੋਂ ਇਹਨੂੰ ਮਾਰਦੇ ਨੇ, ਇਹਨਾਂ ਨੂੰ ਮਾਰਨ ਲੱਗੇ, ਮੈਨੇ ਇਹਨੇ ਦੱਸਿਆ ਇੱਕ ਵਾਰ ਕਾਲ ਕਰਕੇ ਵੀ, ਜਦੋਂ ਇਹਨਾਂ ਨੂੰ ਮਾਰਦੇ ਨੇ ਨਾ, ਫਟਾਫਟ ਡੋਰ ਖੋਲ ਕੇ ਬਾਹਰ ਚਲੇ ਜਾਣ, ਸੌਖਾ ਇਲਾਜ, ਮੈਂ ਇੱਥੇ ਵੇਖਿਆ ਤਮਾਸ਼ਾ। ਜਿਹੜੇ ਲੋਕ ਇਕੱਠੇ ਹੋ ਜਾਣਗੇ ਨਾ, ਆਪਣੇ ਆਪ ਪੁਲਿਸ ਨੂੰ ਕਾਲ ਕਰਨਗੇ, ਇੱਕ ਅੱਧੀ ਵਾਰੀ ਅੰਦਰ ਚਲੀ ਜਾਏਗੀ। ਫਸਟ ਨੰਬਰ ਤੁਹਾਨੂੰ ਮੈਂ ਇਹ ਕੁਐਸਚਨ ਦਿੰਦੀ ਹਾਂ, ਇਹ ਠੀਕ ਹੋ ਜਾਏਗੀ। ਦੂਜਾ ਕੁਐਸਚਨ ਮੇਰਾ ਹੈਗਾ, ਅਗਲੇ ਬਜ਼ੁਰਗ ਨੇ ਉਹ ਲੈ ਕੇ ਆਏ ਨੇ, ਉਹਨਾਂ ਘਰ ਬਾਰ ਬਣਾਇਆ, ਜੋ ਵੀ ਕੀਤਾ, ਉਹ ਆਪਣਾ ਜਿਹੜਾ ਉਹਨਾਂ ਦਾ ਪੁੱਤਰ ਹੈ, ਬੇਟਾ ਹੈ, ਉਹਨੂੰ ਆਪਣੀ ਵਾਈਫ ਨੂੰ ਮਾਂ ਪਿਓ ਨਾ ਕੁਟਾਵੇ, ਆਪਣਾ ਅਲੱਗ ਹੋ ਜਾਵੇ। ਲੰਬੀ ਚੌੜੀ ਗੱਲ ਹੀ ਕੋਈ ਨੀ ਹੈਗੀ, ਇਹਨਾਂ ਦੀ ਪੈਨਸ਼ਨ ਲੱਗ ਗਈ, ਰੋਟੀ ਇਹਨਾਂ ਨੂੰ ਵਾਧੂ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਤੇ ਬਾਕੀ ਜਦੋਂ ਮੈਂ ਇੱਥੇ ਵੇਖੇ, ਮੈਂ ਝਗੜਾ ਜਾ ਕੇ ਮੈਂ ਹੀ ਗਈ ਸਾਂ ਉੱਥੇ, ਸਾਡੇ ਰਾਜਸਥਾਨੀ ਨੀ ਇੱਥੇ, ਮੇਰੀ ਫੈਮਿਲੀ, ਮੇਰੀਆਂ ਨਾ ਕੇਰਲਾ ਕੁਰਲਾ ਦੀਆਂ ਨੇ ਮੇਰੀਆਂ, ਆਪਣੇ ਗੁਆਂਢ ਗੁੰਢ, ਤੇ ਮੈਂ ਗਈ, ਮੈਂ ਉਹਨਾਂ ਨੂੰ ਇੱਕੋ ਕਿਹਾ ਸੀ ਵੀ ਤੁਸੀਂ ਬੇਟਾ ਉਹਦੀ ਵਾਈਫ ਨੂੰ ਲੈ ਕੇ ਆਪਣਾ ਸਮਾਨ ਚੁੱਕ ਲੈ, ਤੇ ਤੂੰ ਆਪਣਾ ਬੇਸਮੈਂਟ ਲੈ ਲੈ, ਅਪਾਰਟਮੈਂਟ ਲੈ ਲੈ, ਕਿਤੇ ਵੀ ਅਲੱਗ ਰਹੋ, ਰਹੋ ਵੀ ਥੋੜ੍ਹਾ ਦੂਰ ਇਹਨਾਂ ਕੋਲੋਂ, ਕੋਈ ਕਿਲੋ 2 ਕਿਲੋਮੀਟਰ, ਤੇਰਾ ਜੀ ਕਰੇ ਆਪਣੀ ਮੰਮੀ ਡੈਡੀ ਮਿਲੀ, ਜੀ ਕਰੇ ਨਾ ਮਿਲੀ, ਸੇਮ ਪ੍ਰੋਬਲਮ ਇਹਨਾਂ ਦੀ ਇਵੇਂ ਹੋਈ ਹੈ। ਇਹਨਾਂ ਨੂੰ ਇੱਕ ਵਾਰ ਜਦੋਂ ਮਾਰਦੀ ਨੇ, ਭੱਜ ਕੇ ਬਾਹਰ ਚਲੇ ਜਾਣ, ਲੋਕ ਇਕੱਠੇ ਹੋ ਜਾਏ, ਉੱਥੇ ਹੋ ਗਈ ਪੁਲਿਸ ਆ ਗਈ, ਕੁੜੀ ਲੈ ਗਏ, ਮੈਂ ਕਿਹਾ ਤੂੰ ਇਸੇ ਵਾਹ ਵਾਲੀ, ਹੁਣ ਤੇ ਲੱਗਾ ਪਤਾ, ਪਿੱਛੇ ਹੱਥ ਬੰਨ ਕੇ ਲੈ ਗਏ। 2 ਦਿਨ ਉੱਥੇ ਰਹੀ, ਫਿਰ ਜਾ ਕੇ ਉਹਨੂੰ ਸਾਰੇ ਕਮਿਊਨਿਟੀ ਵਾਲੇ ਗਏ, ਉਹਨਾਂ ਕਿਹਾ ਵੀ ਅੱਗੋਂ ਤੋਂ ਇਹਨੂੰ ਸਮਝਾਓ, ਆਈ ਆਉਂਦੇ ਸੀ ਉਹਨੇ ਮੁੰਡੇ ਨੂੰ ਸਮਝਾਇਆ, ਉਹ ਅਲੱਗ ਹੋ ਗਏ, ਝਗੜਾ ਮੁੱਕ ਗਿਆ। ਬਜ਼ੁਰਗ ਬੰਦੇ, ਉਹਨਾਂ ਦੀ ਪੈਨਸ਼ਨ ਆਉਂਦੀ ਹੈ, ਉਹ ਆਰਾਮ ਨਾਲ ਉਹਦੀ ਰੋਟੀ ਖਾ ਰਹੇ ਨੇ, ਕਿਸੇ ਦੇ ਥਰੂ ਮੰਦਰ ਚਲੇ ਜਾਂਦੇ ਨੇ,
तेरे मेरे घर तुर के चले जाए, वाह करना कि तुहाड़ी जिंदगी सौखी हो गई ना। ठीक है, लोड़े ओदा बच्चा सांभे ना करे कुछ करे, ओ उंदी प्रॉब्लम है, उंदे पुत्र दी प्रॉब्लम। जदों पुत्र ही नहीं न्याय करदा, एक बच्चे दी मां है, एक दी अन्नी दो दी कहानी, दो हुण ते एक नूं वेख दूजा वेख ली जिंदा है ही एक। इहनां दी बड़ी प्रॉब्लम चलदी पई, अज दिन चलदी, किन्ने चिर दी चलदी पई, विचारी रोंदी है। लेकिन इक्को ही गल हैगी, इहदे नाल अलग हो जाण, हुण जिहदे नत्थ चुके अलग होण तों पहलां उहदे भज के बाहर निकल जा, रौला पाउ ते लोकी इकट्ठा हो जाएगा। अगली गल इको गल पुत्र नू कहे तुसी अलग हो जाओ, असी अपनी पेंशन ते गुजारा करिए ना करिए, जे उन्हां कोल मकान है ਉਹ ਕਿਸ਼ਤ ਭਰ ਰਹੇ ਨੇ, ਉਹ ਨਾ ਪੁੱਤਰ ਭਰੇਗਾ। ਜਦੋਂ ਬਜ਼ੁਰਗ 75 ਸਾਲ ਜਦੋਂ ਨਾ ਮਰ ਜਾਣ, ਮਕਾਨ ਤੇ ਪੁੱਤਰ ਲੈਣਾ, ਕਿਸ਼ਤ ਨਾਲ ਪੁੱਤਰ ਭਰੇ, ਉਹ ਰਹਿਣਗੇ, ਉਹਨਾਂ ਨੇ ਬਣਾਇਆ, ਉਹਨਾਂ ਵਿਆਹ ਕੇ ਲਿਆਂਦਾ ਹੈ, ਉਹਦੇ ਮਾਂ ਪਿਓ ਨੂੰ ਜਾ ਕੇ ਕੁੱਤੇ ਫਿਰ ਪਤਾ ਲੱਗਦਾ ਹੈ ਦਰਦ ਆਉਂਦਾ ਕਿ ਨਹੀਂ ਆਉਂਦਾ। ਇੱਥੇ ਮਾਂ ਪਿਓ ਨੂੰ ਤਾਂ ਕੋਟ ਐਡੇ ਲੰਮੇ ਤੇ ਜਾਕਟਾਂ ਪਵਾ ਪਰ ਤੋੜਦੀਆਂ ਤੇ ਬੈਗ ਹੱਥਾਂ ਚੂੜੀਆਂ ਪਵਾਉਂਦੀਆਂ ਨੇ, ਸੱਸ ਸਹੁਰਾ ਆ ਜਾਏ ਤਾਂ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੀਆਂ, ਕੋਈ ਨਿਆਂ ਹੈ? ओके आंटी जी, थैंक यू सो मच। सुन रहे ने? हां जी हां जी। जितों पूछो ससा नु फौरन कोड़ दी, मावन सिंगार के लिए फिरदी ने, कोई तरीका है? जिन्हां ने पुत्र जम्मे खरे विचारे ने किवें कल्ले हथों कन्नों ला के वेचिया, ते अज ओह कुट खा लैन, रोज इहनां कोल किसे ले वली सवाली वजे दुनिया तों चले जाणगे, फिर की होएगा? मेरा लम्मा रे सौदा मेरा नहीं हैगा, ते केस करो नहीं, बाहर भज जाण, लोकी इकट्ठे होण, इहनूं इक दिन पुलिस फड़े, पेरेंट्स गिल्ट विच भी जाने कि पता नहीं साड़ी ब्रिंगिंग अप दे विच की प्रॉब्लम होगी, कि अगर पुत्र भी है चंगा माड़ा, मतलब पूरा एक कदम चुक सकता सी भी की हो रहा है, इस तरह नहीं होना चाहिए। सो वो भी पर शेयर करना ही बड़ी वड्डी गल है, और दूजे पास यह भी ध्यान रखना बड़ा जरूरी है भी कॉन्फ्लिक्ट जिदा जिस करके मर्जी होए, कोई किसी गल पिछे तू तू मैं हो जाती है, किन्नी गलती किदी है, बजुर्गों की भी कभी होए, जो बच्चों की होए, जिदी भी हैगी है, पर कोई रीज़न नहीं है जिदे च हाथ चुकया जा सकता किसी वालों ही, पर ऑन द टॉप के बच्चे वड्डियां दे उत्ते चुक रहे होण बहुत ज़्यादा गलत है, क्योंकि फिजिकली वीक ने, होर कोई रीज़न है इस पिछे नहीं कि सिर्फ कि हाँ इज्जत बननी है, पर फिजिकली वीक किसी के उत्ते भी तुसी जिहड़ा कि तुहाड़े तो वीक है उहदे तो तुसी फिजिकली तुसी कुट रहे हो, इट्स टोटली अनएक्सेप्टेबल। सो लेट्स सी सारे की कह रहे हैं, इन्हां नूं पुछते हैं। हैलो, हाँ जी, अरविंद जी, वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। हाँ जी जसपाल जी, दसो की कहंदे हो? ਮੈਂ ਸੁਣ ਰਿਹਾ ਸੀ ਜੀ ਗੱਲ ਬਾਤ, ਤੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਪੈਨਸ਼ਨਾਂ ਪਹਿਲਾਂ ਗਿਆ, ਮੇਰਾ ਵੀ ਉਹੀ ਖਿਆਲ ਆ ਬਿਲਕੁਲ, ਜਦੋਂ ਸੀਨੀਅਰ ਸਿਟੀਜ਼ਨ ਨੇ ਹਾਂਜੀ ਉਹ ਲੀਗਲ ਹੈਲਪ ਲੈ ਸਕਦੇ ਨੇ, ਹਾਂਜੀ, ਔਰ ਜਿਹੜੇ ਇੰਟਰਪ੍ਰੀਟਰ ਦੀ ਗੱਲ ਹੈ, ਲੈਂਗੁਏਜ ਦੀ ਬੈਰੀਅਰ, ਉਹਨਾਂ ਨੂੰ ਉਸ ਦੇ ਵਿੱਚ ਕੋਈ ਐਸੀ ਗੱਲ, 911 ਕਾਲ ਕਰਨ, ਉਹਨਾਂ ਨੂੰ ਸਿਰਫ ਇੰਗਲਿਸ਼ ਇੰਨਾ ਕਰਨ ਕਿ ਨੋ ਇੰਗਲਿਸ਼, ਠੀਕ ਹੈ, ਆਪਣੇ ਆਪ ਮਤਲਬ ਪ੍ਰੋਵਾਈਡ ਕਰਦੇ ਨੇ ਇੰਟਰਪ੍ਰੀਟਰ। ਸੋ ਜਿਸ ਤਰ੍ਹਾਂ ਦੱਸਦੇ ਪੈਣ ਪੁਲਿਸ ਕੇਸ ਹੈ ਜਸਪਾਲ ਜੀ, ਇਜ਼ ਇਟ ਰਾਈਟ ਕਿ ਕੋਈ ਵੀ ਚੀਜ਼ ਹੈ ਜਿਵੇਂ ਇਹਨਾਂ ਨੂੰ ਨਾ ਪਤਾ ਹੋਏ ਮੈਂ ਕਿਹਨੂੰ ਅਪਰੋਚ ਕਰਨਾ ਹੈ, ਤੇ ਪੁਲਿਸ ਵਾਲੇ ਮਦਦ ਕਰਨਗੇ ਅਗਰ ਇਹ ਮੰਗਣਗੇ? ਡੈਫੀਨਿਟਲੀ ਡੈਫੀਨਿਟਲੀ, ਤੁਹਾਡਾ ਸ਼ਾਇਦ ਪਿਛੇ ਯਾਦ ਹੋਗਾ, ਤੁਹਾਡਾ ਥੋੜਾ ਜਿਹਾ ਡਿਸਕਸ ਕੀਤਾ ਸੀ ਮਾਮਲਾ, ਹਾਂਜੀ, ਪੀਟੀਆ ਨੂੰ ਪ੍ਰੈਗਨੈਂਸੀ ਦਾ ਡਿਊਰੇਸ਼ਨ ਜੋ ਉਹਨਾਂ ਨੇ ਉਹ ਲੋਕਰ ਉਹ ਕੱਢ ਮੇਰੇ ਨਾਲ, ਹਾਂਜੀ ਹਾਂਜੀ ਹਾਂਜੀ, ਮੇਰੀ ਗੱਲ ਚ, ਹਾਂਜੀ, ਮੇਰੀ ਕਰ ਜੋ ਨੂੰ ਸਾਰੀ ਹੁਣ ਲੀਗਲ ਹੈਲਪ ਮਿਲ ਰਹੀ ਹੈ, ਸ਼ੀ ਇਜ਼ ਔਨ ਦਾ ਰਾਈਟ ਪਾਥ, ਅਸ ਗੱਲ ਕੋਈ ਨਹੀਂ, ਛੱਡ ਕੇ ਜਾਂਦੇ ਜਿਵੇਂ ਇੱਕ ਵਾਰੀ ਆ ਗਏ ਹੈ ਨਾ, ਉਹ ਫੋਨ ਨੰਬਰ ਛੱਡ ਕੇ ਜਾਂਦੇ, ਉਸ ਫੋਨ ਤੇ ਫੋਨ ਕਰਨ ਐਂਡ ਸਾਰੀ ਗਾਈਡੈਂਸ ਮਿਲੇਗੀ। ਥੈਂਕ ਯੂ ਸੋ ਮਚ ਜਸਪਾਲ ਜੀ। ਹੈਲੋ, ਹਾਂਜੀ,
हेलो हां जी ज्ञान सिंह जी सत श्री अकाल जी सत श्री अकाल ज्ञान सिंह जी थोड़ा नंबर मंगदे लोकी लोकी चलो कोई नहीं दे दिए मंगू दस दियो मेनू जरा मंगूगा जी दे दिए सी हां जी दे दिए आगे दे दिए आ नंबर दे दियो कोई नहीं ठीक है दसो आज की कहंदे हो अच्छा मैं आज वाला ये कहना जी भी जदों इन्हां ने मुंडा इंडिया जाके ब्याया ਪਹਿਲੋਂ ਇਹ ਦੱਸੋ ਇਹਨਾਂ ਕੁੜੀ ਮੁੰਡੇ ਦਾ ਮੈਚ ਹੈਗਾ ਜਿੱਥੇ ਵਿਆਹ ਕੀਤਾ ਇਹਨਾਂ ਨੇ ਉਹੀ ਹੈ ਨਾ ਮੈਚ ਤੇ ਇਹਨਾਂ ਨੂੰ ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਸਾਡੀ ਗੱਲ ਨਹੀਂ ਉਹਨੇ ਸੁਣੀ ਅਖਬਾਰ ਦੇ ਨਾਲ ਹੋਇਆ ਹੈ 2 ਦਿਨ ਪਹਿਲੇ ਪਹੁੰਚਿਆ ਤੇ ਵਿਆਹ ਕਰਕੇ ਲੈ ਆਇਆ ਨਹੀਂ ਇਦਾਂ ਵੀ ਗਲਤੀ ਇਹਨਾਂ ਦੀ ਵੀ ਹੈ ਨਾ ਕਿਉਂਕਿ ਉੱਥੇ ਤਾਂ ਕੁੜੀਆਂ ਆ ਨਹੀਂ ਸੇ 50 ਸਾਲ ਦੇ ਮੁੰਡੇ ਜਾਂਦੇ ਤਾਂ 18 20 ਸਾਲ ਦੀਆਂ ਕੁੜੀਆਂ ਮਗਰ ਫਿਰਦੀਆਂ ਹੁਣ ਹੋਈ ਤੇ ਇਹ ਤੇ ਉਦੋਂ ਅਸੀਂ ਦੇਖਦੇ ਨਹੀਂ ਕੁਛ ਹੈ ਨਾ ਮੈਂ ਹਰ ਇੱਕ ਨੂੰ ਕਹਿੰਦਾ ਵੀ ਤੁਸੀਂ ਰਿਸ਼ਤਾ ਜਿਹੜਾ ਕਰਨਾ ਹੁੰਦਾ ਉਹਨੂੰ ਦੇਖ ਚਪਚਾ ਕੇ ਭਾਲ ਕੇ ਕਰਨਾ ਚਾਹੀਦਾ ਹੁੰਦਾ ਲਾਲਚ ਵਿੱਚ ਲੋਕੀ ਤਾਂ ਹੈਗੇ ਉੱਥੇ ਇਹਨਾਂ ਨੂੰ ਵੀ ਲਾਲਚ ਆ ਗਿਆ ਚਲੋ ਜੀ ਕੁੜੀ ਜੰਗ ਮਿਲਦੀ ਹੈ ਮੁੰਡਾ ਸਾਡਾ ਇੰਨੀ ਉਹਦਾ ਜ਼ਿਆਦਾ ਇਹ ਬਹੁਤ ਬਹੁਤ ਵੱਡਾ ਵੱਡੀ ਜਿਹੜੀ ਪ੍ਰੋਬਲਮ ਹੈ ਨਾ ਇੱਥੇ ਹੀ ਸ਼ੁਰੂ ਹੁੰਦੀ ਹੈ ਬਿਲਕੁਲ ਗਿਆਨ ਸਿੰਘ ਜੀ ਤੁਸੀਂ ਸਹੀ ਪਛਾਣਿਆ ਵੈਸੇ ਤੇ ਉਮਰ ਕੁੜੀ ਦੀ ਖਾਸ ਪੂਰੀ ਨਹੀਂ ਇਹਨਾਂ ਨੂੰ ਪਤਾ ਦੱਸ ਨਹੀਂ ਰਹੇ ਜਾਂ ਜੋ ਵੀ ਹੈ ਕਹਿ ਰਹੇ ਹੈ 35-36 ਦੀ ਹੋਏਗੀ ਬਟ ਬਹੁਤ ਸਾਰੇ ਇਹ ਕੇਸ ਨਹੀਂ ਹੋਰ ਬੜੇ ਕੇਸ ਇਹ ਹੈ ਕਿ ਉਹੀ ਤੁਹਾਡੇ ਵਾਲੀ ਗੱਲ ਨਹੀਂ ਮੈਂ ਅਰਬਨ ਜੀ ਇਹੋ ਤਾਂ ਕਹਿੰਦਾ ਹੈ ਵੀ ਪਤਾ ਨਹੀਂ ਸਾਡੇ ਲੋਕ ਨੂੰ ਕਿਉਂ ਨਹੀਂ ਸਮਝ ਲੱਗਦੀ ਵੀ ਉੱਥੇ ਦਾ ਇਦਾਂ ਲੋਕੀ ਬੈਠੇ ਆ ਪੁੱਛੋ ਕੁਛ ਨਾ ਹੁਣ ਅਸੀਂ ਅੱਜ ਤਾਂ ਇਹ ਰਿਸ਼ਤੇ ਜਿੰਨੇ ਵੀ ਕਰਾਇਆ ਮਜਾ ਲਿਆ ਕੋਈ ਫਰਕ ਆ ਜਾਏ ਅਸੀਂ ਸਭ ਤੋਂ ਪਹਿਲਾਂ ਮੈਚ ਉਹਨਾਂ ਦੇ ਮੁਕਾਬਲਾ ਉਹਨਾਂ ਦੀ ਬਰਾਬਰਤਾ ਪੜਾਈਆਂ ਸਭ ਕੁਝ ਦੇਖ ਕੇ ਅਸੀਂ ਗੱਲ ਕਰੀ ਦੀ ਇਹਦੇ ਜਿਹੜਾ ਜਿਹੜਾ ਨਿਜੋੜ ਹੁੰਦਾ ਉੱਥੇ ਕੰਮ ਇਹੀ ਹੁੰਦਾ ਹੈ ਜੀ ਤੇ ਗਲਤੀ ਤੇ ਇਹਨਾਂ ਦੀ ਇਹਨਾਂ ਵੱਡੀ ਕਰ ਲਈ ਆ ਹੈ ਜੀ ਤੇ ਹੁਣ ਇਹ ਆਪ ਫਸੇ ਕੌਣ ਕਢਾਵੇ ਉਹ ਗੱਲ ਆ ਜੀ ਉਹ ਲੜਕੀ ਜਿਹੜੀ ਹੈਗੀ ਆ ਉਹ ਦਾ ਤੇ ਸੀਗੀ ਆ ਗਈ ਆ ਤੇ ਉਹ ਤਾਂ ਬਸ ਇਦਾਂ ਹੀ ਕਰਨਾ ਇਹਨਾਂ ਠੀਕ ਨਹੀਂ ਇਹਦੀ ਲੜਕੀ ਦੀ ਕੀ ਮਜਾ ਲਿਆ ਹੱਥ ਚੱਕ ਜਾਵੇ ਗੱਲ ਹੈ ਕੋਈ ਇਹ ਨਹੀਂ ਹੈਗਾ ਮਤਲਬ ਆਪ ਥੱਲੇ ਲੱਗੇ ਉਹਨਾਂ ਦੇ ਠੀਕ ਨੀ ਲਾਲਚ ਵਿੱਚ ਆ ਲੱਗ ਗਿਆ ਕਿੱਦਾਂ ਲੱਗ ਗਿਆ ਇੱਦਾਂ ਹੋਈ ਆ ਠੀਕ ਨਹੀਂ ਚਲੋ ਜੋ ਹੋ ਗਿਆ ਹੁਣ ਇਹ ਤਾਂ ਹੁਣ ਤਿੰਨ ਸਾਡੇ ਨਾਲ ਕੱਢ ਲਿਆ ਮਾਰ ਮੂਰ ਖਾ ਕੇ ਹੁਣ ਸੌਖਾ ਤਰੀਕਾ ਅਰਬਿੰਦ ਜੀ ਇਹੋ ਹੀ ਆ ਵੀ ਇਹਨਾਂ ਨੂੰ ਕੰਮ ਵੀ ਕਰਦਾ ਆਪਣਾ ਜਿਹੜਾ ਭਾਈ ਹੈ ਜਿਹੜੀ ਗੱਲ ਕਰਦੇ ਆ ਬਜ਼ੁਰਗ ਦੀ ਨਹੀਂ ਬਜ਼ੁਰਗ ਨਹੀਂ ਕੰਮ ਕਰਦਾ ਇਹਨਾਂ ਦਾ ਬੇਟਾ ਜਿਹੜਾ ਉਹ ਟਰੱਕ ਚਲਾ ਦਿੰਦਾ ਨਹੀਂ ਨਹੀਂ ਉਹ ਮਤਲਬ ਉਮਰ ਇਹ ਨਹੀਂ ਨਾ ਕਰਦਾ ਇਹਨੂੰ ਫਿਰ SSI ਮਿਲਦੀ ਹੋਣੀ ਹਨਾ ਹਾਂਜੀ ਡਿਊਟੀ ਜਨ ਹਾਂਜੀ ਉਹ ਮਿਲਦੀ 10-11-1200 ਦੋਵਾਂ ਨੂੰ ਮਿਲਦੀ ਜੀ ਹਾਂਜੀ ਹੁਣ ਪੈਨਸ਼ਨ ਮਿਲਣ ਲੱਗ ਗਈ ਪੈਨਸ਼ਨ ਲੱਗ ਗਈ ਉਹ ਪੈਨਸ਼ਨ ਸੋਸ਼ਲ ਸਿਕਿਉਰਿਟੀ ਆ ਪੈਨਸ਼ਨ ਤਾਂ ਆਪਾਂ ਕਹਿ ਦਿੰਦੇ ਉਹਨੂੰ ਚਲੋ 11-1200 ਇਹਨਾਂ ਨੂੰ ਮਿਲਦਾ ਹੋਣਾ ਠੀਕ ਨੇ ਦੋਵਾਂ ਨੂੰ ਤੇ ਮੇਰੀ ਤੇ رائے ਇਹੋ ਹੀ ਹੈਗੀ ਆ ਵੀ ਬਜਾਏ ਇਦਾਂ ਆਪਣੀ ਬੇਇੱਜ਼ਤੀ ਲੋਕਾਂ ਤੋਂ ਕਰਾਉਣ ਦੀ ਬਜਾਏ ਨਾ ਸੈਪਰੇਟ ਘਰ ਆਪਣਾ ਲੈ ਲੈ ਅੱਛਾ ਉਹਨਾਂ ਘਰ ਆ ਮੁੰਡੇ ਦੇ ਨਾਂ ਕਿ ਇਹਨਾਂ ਦੇ ਨਾਂ ਆ ਮੁੰਡੇ ਦਾ ਹੀ ਆ ਅੱਛਾ ਚਲੋ ਠੀਕ ਹੈ ਫੇ ਉਹ ਤੇ ਵੀ ਇਹਨਾਂ ਜ਼ੋਰ ਨਹੀਂ ਚੱਲਣਾ ਚੁੱਪ ਕਰਕੇ ਅਪਾਰਟਮੈਂਟ ਵੱਖਰਾ ਲੈ ਲੈਣਾ ਤੇ ਰਹੀ ਜਾਣ ਤੁਸੀਂ ਇਹਨਾਂ ਬਜ਼ੁਰਗ ਕਿੰਨੇ ਆ 7-12-13 ਸਾਲ ਛੋਟੇ ਆ ਅਸੀਂ ਨਹੀਂ ਹਾਲੇ ਬਜ਼ੁਰਗ ਬਣੇ ਤੇ ਇੱਕਦਾਂ ਬਣ ਗਏ ਹੈ ਹਾਂਜੀ ਉਹੀ ਉਹ ਯੂ ਨੋ ਹਾਂ ਤੁਸੀਂ ਸਹੀ ਕਹਿ ਰਹੇ ਹੋ ਬਜ਼ੁਰਗ ਕੀ ਕਹੀਏ ਬਹੁਤ ਜਵਾਨ ਨੇ 75 ਸਾਲ ਦੇ ਤੇ ਕੁਛ ਨਹੀਂ ਹੁੰਦਾ ਪਰ ਉਹ ਹੈ ਕਿ ਇਸ ਵੇਲੇ ਇਹ ਸਹਿ ਰਹੇ ਨੇ ਕਿਸੇ ਮੱਚ ਯੰਗਰ ਯੂ ਨੋ ਇਹਨੇ ਚਲੋ ਜੋ ਵੀ ਹੈ ਅਸੀਂ ਹੁਣ ਡਾਕਟਰ ਦੇ ਆਏ ਆ ਉਹ ਜਿਹੜੇ ਡਾਕਟਰ ਸਾਡੀ ਉਮਰਾਂ ਵਗੈਰਾ ਦੇਖਦੇ ਤਾਂ ਹੈਰਾਨ ਹੋ ਜਾਂਦੇ ਚਲੋ ਕੋਈ ਨਹੀਂ ਹਨਾ ਤੇ ਹੁਣ ਤੇ ਸੌਖਾ ਤਰੀਕਾ ਅਰਬਿੰਦ ਜੀ ਇਹੋ ਹੀ ਹੈਗਾ ਇਹ ਬਜਾਏ ਕਲੇਸ਼ ਪੈਣ ਦੇ ਨਾ ਚੁੱਪ ਕਰਕੇ ਆਪਣਾ ਅਪਾਰਟਮੈਂਟ ਵੱਖਰਾ ਲੈ ਲੈਣਾ ਤੇ ਆਪਣਾ ਗੁਜ਼ਾਰਾ ਚਲਾ ਲੈਣ ਜਿਵੇਂ ਸਾਡੇ ਇੱਥੇ ਸ਼ਹਿਰ 'ਚ ਸਾਨੂੰ ਸਾਰੀਆਂ ਫੈਸਿਲਿਟੀਆਂ ਆ ਸਾਨੂੰ ਕੇਅਰ ਗਿਵਰ ਮਿਲ ਜਾਂਦੀਆਂ ਸਾਨੂੰ ਡਾਕਟਰਾਂ ਦੇ ਜਾਣ ਨੂੰ ਹੋਪ ਲੈਂਕ ਦੀਆਂ ਗੱਡੀਆਂ ਮਿਲ ਜਾਂਦੀਆਂ ਸਾਨੂੰ ਮੈਡੀਕਲ ਸਾਰਾ ਫ੍ਰੀ ਹੋ ਜਾਂਦਾ ਸਾਡਾ ਸਭ ਕੁਛ ਇਹਨਾਂ ਕੋਲ ਹੈਗਾ ਹੀ ਆ ਨਾ ਹੈਗਾ ਨਾ ਤੇ ਡਿਪੈਂਡੈਂਟ ਕਾਹਨੂੰ ਬਣਦੇ ਆ ਬਿਲਕੁਲ ਹੈ ਇਹ ਇਹਨਾਂ ਮੁਲਕਾਂ ਵਿੱਚ ਜਿਹੜੀ ਗੌਰਮੈਂਟ ਆ ਬੱਚਿਆਂ ਦੀ ਤੇ ਬਜ਼ੁਰਗਾਂ ਲਈ ਤਾਂ ਬਹੁਤ ਵਧੀਆ ਕਹਿੰਦੇ ਹੈ ਹੈ ਬੱਚਿਆਂ ਲਈ ਬਹੁਤ ਵਧੀਆ ਤੇ ਬਜ਼ੁਰਗਾਂ ਲਈ ਵਧੀਆ ਹੈਗਾ ਤੇ ਇਹ ਤੇ ਐਵੇਂ ਜਾਣ ਕੇ ਆ ਐਵੇਂ ਹਸੋਣੀਆਂ ਕਰਾਉਂਦੇ ਲੋਕਾਂ ਤੋਂ ਇਹਨਾਂ ਤੋਂ ਬਹੁਤ ਦੇਰ ਪਹਿਲਾਂ ਵੱਖਰੇ ਹੋ ਜਾਂਦੇ ਚੱਕਾ ਮੈਨੂੰ ਲੱਗਦਾ ਇਕੱਲੇ ਰਹਿਣ ਦਾ ਚੱਕਾ ਹੈ ਕਹਿੰਦੇ ਨੇ ਕਿ ਮੈਂ ਜਿਨ੍ਹਾਂ ਕੋਲ ਜਾ ਕੇ ਰਵਾਂਗਾ ਜਾ ਕੇ ਨਹੀਂ ਇੰਡੀਪੈਂਡੈਂਟ ਰਹਿਣ ਦੀ ਲੋੜ ਹੈ ਬਈ ਅਸੀਂ ਰਾਧਾ ਸਵਾਮੀ ਹੁੰਦੇ ਆ ਅਸੀਂ ਖਾਂਦੇ ਪੀਂਦੇ ਨਹੀਂ ਸਾਨੂੰ ਉਲਟੀ ਆ ਜਾਂਦੀ ਹੈ ਅੰਡਾ ਮੀਟ ਦੇਖ ਕੇ ਸੋ ਉਹ ਸਾਰੀਆਂ ਚੀਜ਼ਾਂ ਤੋਂ ਥੋੜਾ ਜਿਹਾ ਡਰਦੇ ਨੇ ਨਹੀਂ 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 ਅਰਬਨ ਜੀ ਉਹ ਮੈਂ ਕਹਿੰਦਾ ਆ ਸੈਪਰੇਟ ਆਪਣੇ ਅਪਾਰਟਮੈਂਟ ਲੈਣੇ ਹਾਂਜੀ ਬਿਲਕੁਲ ਹੁਣ ਲੋ ਇਨਕਮ ਚ ਅਪਾਰਟਮੈਂਟ ਬਹੁਤ ਸਸਤੀ ਮਿਲ ਜਾਂਦੀ ਆ ਇਹਨਾਂ ਨੂੰ 150-200 ਚ ਅਪਾਰਟਮੈਂਟ ਮਿਲ ਜਾਣੀ ਆ ਲੋ ਇਨਕਮ ਚ ਠੀਕ ਨਹੀਂ ਜੇ ਜਦ ਲੋ ਇਨਕਮ ਹੈਗੀ ਆ ਸਾਡੇ ਇੱਥੇ ਜਿੱਦਾਂ ਲੋ ਇਨਕਮ ਵਾਲਿਆਂ ਨੂੰ 150-200 ਚ ਅਪਾਰਟਮੈਂਟ 300 ਨੂੰ ਅਪਾਰਟਮੈਂਟ ਮਿਲ ਜਾਂਦੀ ਆ ਤੇ ਖਰਚਾ ਇਹਨਾਂ ਦਾ ਕਹਿੰਦਾ ਜੇ ਵੈਜੀਟੇਰੀਅਨ ਪਰਿਵਾਰ ਦਾ ਖਰਚਾ ਹੋਏ ਕੋਈ ਨਾ 200-300 ਖਰਚਾ ਹੋਏ ਇਹਨਾਂ ਦਾ ਆਰਾਮ ਨਾਲ ਜ਼ਿੰਦਗੀ ਰਹਿਣ ਆਪਣੀ ਬਸਰ ਕਰਨ
ਬੰਡੀ ਮਹਾਰਾਜ ਦੀ ਕਿਰਪਾ ਦੋਵੇਂ ਹੈਗੇ ਆ। ਲੋਕੀ ਦਾ ਵੱਖਰੇ ਵੱਖਰੇ ਵੀ ਕਈ ਮੇ ਰਹਿੰਦੇ ਦੇਖੇ ਆ, ਇਹ ਕਿੰਨਾ ਸ਼ੁਕਰ ਹੈ ਪਰਮਾਤਮਾ ਦਾ, ਇਹ ਆਪ ਦੋਨੋਂ ਹੈਗੇ ਆ ਠੀਕ ਨਹੀਂ, ਤੇ ਇਹ ਵੱਖਰੇ ਰਹਿਣ, ਕੋਈ ਲੰਮੇ ਕਲੇਚ ਪੈਣ ਕੋਈ ਨਾ, ਤੇ ਇਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਗੌਰਮੈਂਟ ਦਊਗੀ, ਤੇ ਉਹਨਾਂ ਨੇ ਆਪੇ ਮਗਰ ਮਗਰ ਫਿਰਨਾ ਮੁੰਡੇ ਨੇ ਇਹਨਾਂ ਦੇ ਠੀਕ ਨਹੀਂ। ਬਹੁਤ ਵਧੀਆ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ, ਬਹੁਤ ਹੈਲਪਫੁਲ ਕਾਲ ਹੈਗੀ ਹੈ, ਕਿਉਂਕਿ ਜਿਸ ਤਰ੍ਹਾਂ ਜੋ ਸਾਨੂੰ ਪੁੱਛ ਰਹੇ ਨੇ ਸਵਾਲ ਉਹ ਵੀ ਦੇਖ ਰਹੇ ਨੇ ਇਸ ਵੇਲੇ, ਉਹਨਾਂ ਨੂੰ ਖਾਸ ਤੌਰ 'ਤੇ ਕਹਾਂਗੇ ਕਿ ਗਿਆਨ ਸਿੰਘ ਜੀ ਆਪ ਵੀ ਕਹਿਤਾ ਕਿ ਤੁਸੀਂ ਆਪਣੇ ਆਪ ਨੂੰ ਵੱਡੀ ਉਮਰ ਦੇ ਕਿੱਥੇ ਸੋਚ ਰਹੇ ਹੋ, ਅਸੀਂ 10-10 15-15 ਸਾਲ ਤੁਹਾਡੇ ਤੋਂ ਵੱਡੇ ਹਾਂ, ਸਾਰਾ ਕੁਛ ਹੁੰਦਾ, ਪਰ ਜਿਹੜੀ ਆ ਲਿਸਟ ਆਫ ਥਿੰਗਸ ਕਿ ਤੁਹਾਨੂੰ ਪੋਸੀਬਲ ਹੈ ਕਿ ਤੁਹਾਨੂੰ ਮਿਲਣੀਆਂ ਹੈ ਗਵਰਨਮੈਂਟ ਵੱਲੋਂ, ਕਿਉਂਕਿ ਤੁਸੀਂ ਅਮੈਰੀਕਨ ਪਾਸਪੋਰਟ ਹੋਲਡਰ ਹੋ, ਔਰ ਯੂ ਨੋ ਤੁਹਾਡੀ ਜੋ ਵੀ ਆਈ ਨੋ ਕਿ ਬਜ਼ੁਰਗ ਜਿਸ ਤਰ੍ਹਾਂ ਬੋਲ ਰਹੇ ਸੀ ਪੈਨਸ਼ਨ ਕਹਿ ਦਿੰਦੇ ਆ, ਸੋਸ਼ਲ ਸਿਕਿਉਰਿਟੀ ਤੁਹਾਨੂੰ ਮਿਲ ਰਹੀ ਹੈ, ਸਭ ਕੁਛ ਹੈ, ਸੋ ਉਹ ਤੁਸੀਂ ਪੂਰਾ ਫਾਇਦਾ ਉਠਾ ਸਕਦੇ ਹੋ, ਕੋਈ ਲੋੜ ਨਹੀਂ ਹੈ ਕੌਨਫਲਿਕਟ ਜਿਸ ਮਰਜ਼ੀ ਕਰਕੇ ਹੋਏ, ਤੁਹਾਡੀ ਗਲਤੀ ਉਹਨਾਂ ਦੀ ਗਲਤੀ ਦੁਨੀਆ ਕੀ ਕਹੇਗੀ, ਉਹਨਾਂ ਚੱਕਰਾਂ 'ਚ ਨਾ ਪਿਓ ਅਤੇ ਵੱਖਰੇ ਜ਼ਰੂਰ ਰਹਿਣ ਦਾ। ਲੈਟ ਮੀ ਟੇਕ ਵਨ ਮੋਰ ਕਾਲ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਅਸੀਂ ਜੀ ਇੱਥੋਂ ਬੋਲਦੇ ਕੈਲੀਫੋਰਨੀਆ ਤੋਂ। ਹਾਂਜੀ, ਰਮਿੰਦਰ ਭੈਣ ਜੀ ਨਾਲ ਗੱਲ ਕਰਨੀ ਆ, ਤੁਹਾਡੀ ਕਾਲ ਨਹੀਂ ਕਦੀ ਲੱਗਦੀ ਤੇ ਤੁਹਾਡੀ ਕਾਲ ਲੱਗ ਗਈ ਹੈ, ਤੁਹਾਡੀ ਕਾਲ ਲੱਗ ਗਈ ਹੈ, ਸਾਰਿਆਂ ਨੂੰ ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਔਨ 에ਅਰ ਹੋ, ਦੱਸੋ ਕੀ ਕਹਿੰਦੇ ਹੋ? ਅੱਛਾ ਤੁਸੀਂ ਆ ਬੋਲਦੇ। ਅੱਛਾ ਰਮਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾ, ਤੁਸੀਂ ਕਿੰਨਾ ਠੀਕ ਠਾਕ? ਮੈਂ ਬਿਲਕੁਲ ਠੀਕ ਹਾਂ, ਤੁਸੀਂ ਅੱਜ ਵਾਸਤੇ ਕੀ ਕਹੋਗੇ? ਅੱਜ ਵਾਸਤੇ ਮੈਂ ਇਹ ਕਹਿਣਾ ਚਾਹੁੰਦੀ ਵੀ ਜੋ ਏਦਾਂ ਦੇ ਹੈਪਨ ਹੁੰਦੇ ਆਪਾਂ ਸੁਣਦੇ ਪਏ ਆ ਨਾ ਜੀ, ਤੇ ਇਸ ਕਰਕੇ ਮੈਂ ਗਿਆਨ ਸਿੰਘ ਭਾਈ ਦਾ ਲੈਣਾ ਚਾਹੁੰਦੀ ਨੰਬਰ, ਰਿਸ਼ਤਿਆਂ ਬਾਰੇ ਕੋਈ ਨਾ ਕੋਈ ਬੰਦਾ ਗੱਲ ਪੁੱਛਦਾ ਦੱਸਦਾ ਆ ਨਾ। ਹਾਂਜੀ, ਤੇ ਪਤਾ ਚੱਲਦਾ ਆ, ਠੀਕ ਹੈ ਨਾ? ਠੀਕ ਹੈ ਜੀ। ਤੇ ਮੈਂ ਇਸ ਕਰਕੇ ਗੱਲ ਕਰਨਾ ਚਾਹੁੰਦੀ ਆ ਕਿ ਮੇਰੀ ਵੀ ਬੇਟੀ ਦਾ ਡਾਈਵੋਰਸ ਹੋ ਗਿਆ ਸੀਗਾ, ਕਾਫੀ ਫੈਮਿਲੀ ਪਹਿਲਾਂ ਚੰਗੀ ਮਿਲੀ ਸੀਗੀ, ਤੇ ਉਸ ਤੋਂ ਬਾਅਦ ਹੁਣ ਸਾਡਾ ਦਿਲ ਬਹੁਤ ਡਰਿਆ, ਅਸੀਂ ਲੜਕੇ ਲਈ ਜਦੋਂ ਵੀ ਰਿਸ਼ਤਾ ਕਰਦੇ ਉਹਦੇ ਅਸੀਂ ਡਰਦੇ ਹਾਂ। ਠੀਕ ਹੈ ਜੀ, ਮੈਂ ਤੁਹਾਡਾ ਨੰਬਰ ਨੋਟ ਕਰ ਲਿਆ, ਮੈਂ ਤੁਹਾਨੂੰ ਗਿਆਨ ਸਿੰਘ ਜੀ ਦਾ ਨੰਬਰ ਨਾ ਬਾਅਦ ਚ ਦੇਣੀ ਆ, ਉਹਨਾਂ ਨੇ ਕਿਹਾ ਕਿ ਦੇ ਦਿਓ। ਠੀਕ ਹੈ ਜੀ, ਉਹਨਾਂ ਨੇ ਕਿਹਾ ਦੇ ਦਿਓ, ਸੋ ਅਸੀਂ ਇਜਾਜ਼ਤ ਲੈ ਲਈ ਹੈ ਤੇ ਦੇ ਦਾਂਗੇ। ਹੈਲੋ ਹੈਲੋ, ਹਾਂਜੀ ਹਾਂਜੀ, ਨਸੀਬ ਜੀ ਕੀ ਕਹਿੰਦੇ ਹੋ? ਅੱਛਾ ਮੈਂ ਤੁਹਾਨੂੰ ਇਹ ਦੱਸਦੀ ਆ, ਚਲੋ ਪੁਲਿਸ ਵੀ ਕਹਿੰਦੇ ਆ ਸਾਰੇ ਪੁਲਿਸ ਧੀਆਂ ਪੁੱਤਾਂ ਤੇ ਨਹੀਂ ਵੀ ਮੰਗਾਈ ਜਾਂਦੀ ਹੈ ਨਾ। ਹਾਂਜੀ, ਕਈ ਵਾਰ ਫੇਰ ਵੀ ਬੋਲਣਾ ਪੈਂਦਾ ਜੀ ਜੀ, ਪੁਲਿਸ ਨਾਲ ਥੋੜੀ ਜਿਹੀ ਗੱਲ ਵੱਡੀ ਹੁੰਦੀ ਆ, ਜੇ ਪਹਿਲਾਂ ਦੇ ਆਏ ਆ ਜਿਹਨਾਂ ਦੇ ਘਰ ਨਾਂ ਤੇ ਆ ਨਾ, ਹਾਂਜੀ, ਤੇ ਉਹਨਾਂ ਨੂੰ ਕਹਿਣ ਵੀ ਤੁਸੀਂ ਗੈਟ ਆਊਟ। ਨਹੀਂ ਨਾ, ਮੁੰਡੇ ਦੇ ਘਰ ਨਾਮ ਤੇ ਹੀ ਘਰ ਹੈ, ਮੁੰਡਾ ਕਦੋਂ ਦਾ ਆਇਆ ਹੋਇਆ? ਨਾਮ ਤੇ ਆਏ ਨਾ, ਆਪਦੇ ਬੁੜਾ ਬੁੜੇ ਦੇ ਨਾਂ ਕੁਛ ਨਹੀਂ। ਨਹੀਂ, ਜੇ ਪੈਨਸ਼ਨ ਤਾਂ ਲੱਗੀ ਆ ਨਾ। ਹਾਂਜੀ, ਪਰ ਫਿਰ ਕੋਟ ਖਾਣ ਦਾ ਤਾਂ ਕੋਈ ਮਤਲਬ ਹੀ ਨਾ, ਅੱਜ ਇੱਥੇ ਨਾ ਹੱਥ ਨੀ ਕੋਈ ਚੱਕ ਸਕਦਾ, ਬੱਚੇ ਤੇ ਵੀ ਇਹ ਤਾਂ ਸਿਆਣੇ ਆ। ਬਿਲਕੁਲ, ਜੇ ਇਹ ਸਿਆਣਪ ਸੋਚਣ, ਜੇ ਇੱਕ ਵਾਰ ਚੱਕ ਤਾਂ ਹੱਥ ਤੇ ਰਹਿ ਵੀ ਕੁਛ ਨੀ ਗਿਆ, ਜੇ ਕੋਈ ਦੇ ਕੇਰ ਦੇ ਕੇਰ ਵਗੈਰਾ ਜਾਣ ਇਹ ਦਿਨੇ ਉੱਥੇ ਚੁੱਪ ਕਰਕੇ ਤੜਕੇ ਮਾਰਨਿੰਗ 8 ਵਜੇ ਦੇ ਕੇਰ ਜਾਵੜਿਆ ਕਰਨ, 4 ਵਜੇ ਆਉਣ ਉੱਥੋਂ, 4 ਵਜੇ ਆ ਕੇ ਆਪਦਾ ਲੋਕ ਲਾਉਣ ਤੇ ਪੈ ਜਾਣ, ਜੇ ਘਰ ਨਹੀਂ ਕਿਰਾਏ ਤੇ ਫੋੜ ਕਰ ਸਕਦੇ, ਕਦੇ ਕੁਛ ਗੁਰਦੁਆਰੇ ਟਾਈਮ ਕੇ ਜਾ ਰਿਹਾ, ਹੁਣ ਗੱਡੀ ਨੀ ਜਾਣ ਦਾ, ਉਹਨਾਂ ਘਰ ਦਾ ਬੁੜਾ ਜਾਣਦਾ ਗੱਡੀ ਵਗੈਰਾ ਕੇ ਵੀ ਨਹੀਂ ਚਲਾ ਸਕਦਾ। ਨੋਟ ਸ਼ੋਰ, ਮੈਨੂੰ ਪੱਕਾ ਨਹੀਂ ਪਤਾ, ਸ਼ੋਰ ਨਹੀਂ। ਹਵੇ ਐ ਨਹੀਂ ਵੀ ਘਰੇ ਨਾ ਰਹਿਣ, ਥੋੜਾ ਬਹੁਤਾ ਚਿਰ ਇਸ ਤਰ੍ਹਾਂ ਕਰਨ, ਬੱਚੇ ਨਾ ਪੜਨ, ਕੰਮ ਨਾ ਕਰਨ, ਕੁਛ ਨਾ ਕਰਨ, ਭੁੱਖੀ ਮਰੇ ਧਿਆਈ ਮਰੇ ਕੁਛ ਕਰੇ, ਨੋ ਆ ਕੋਈ ਰੱਬ ਤਾਂ ਨਹੀਂ। ਹਾਂਜੀ ਹਾਂਜੀ, ਜਦੋਂ ਇੱਕ ਧੀਆਂ ਉਹ ਧੀਆਂ ਆਉਣ ਆ ਕੇ ਉਹ ਫੈਸਲਾ ਕਰਨ ਵੋਟੀ ਨਾਲ, ਜੇ ਸਾਡੇ ਅਸੀਂ ਹੁਣ ਪੁਲਿਸ ਨੂੰ ਕੁਛ ਨਹੀਂ ਕਹਿੰਦੇ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਹਾਂ। ਜਦੋਂ ਤੁਹਾਡੀ ਨੂੰ ਜਦੋਂ ਹੁਣ ਮੇਰੇ ਮਾਂ ਪਿਓ ਨੂੰ ਹੱਥ ਚੱਕਿਆ ਤੇ ਤੂੰ ਹਿਸਾਬ ਲਾ ਲਾ, ਅਸੀਂ ਪੁਲਿਸ ਨੂੰ ਫੜਾਵਾਂਗੇ ਤੈਨੂੰ, ਉਹ ਡਰ ਪਾ ਦੇਣ। ਠੀਕ ਹੈ ਠੀਕ ਹੈ, ਕੁੜੀਆਂ ਕਹਿਣ ਤੇ ਮੁੰਡਾ ਤਾਂ ਪਤਾ ਹੀ, ਮੁੰਡਾ ਬੁੱਢੀ ਤੋਂ ਡਰਦਾ ਹੋਊਗਾ ਆਪ, ਉਹ ਤਾਂ ਵਿਚਾਰਾ ਫਸਿਆ ਕਸੂਤਾ ਦੋ ਪੁੜਾਂ ਦੇ ਵਿੱਚ, ਤੇ ਇਸ ਤਰ੍ਹਾਂ ਜ਼ਰੂਰ ਹੋਣਾ ਵੀ ਇਹ ਰਹਿਣ ਨਾ ਘਰੇ, ਮਤਲਬ ਗੁਰਦੁਆਰੇ ਜਾਣ, ਇੱਕ ਦੇ ਕੇ ਹੈਗਾ ਦੇ ਕੇ ਐਪਲੀਕੇਸ਼ਨ ਭਰ ਦੇਣ ਉੱਥੇ। ਬਹੁਤ ਵਧੀਆ ਨਸੀਬ ਜੀ, ਮੈਂ ਹੁਣੇ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੈ, ਔਰ ਵਧੀਆ ਇਹਨਾਂ ਦੀ ਇਹ ਵੀ ਜਿਹੜੀ ਰਾਏ ਹੈਗੀ ਆ ਉਹ ਵੀ ਉਹਦੇ ਵੱਲ ਵੀ ਧਿਆਨ ਦਿੰਦੇ ਹਾਂ, ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਫਸਟ। ਵੈਲਕਮ ਬੈਕ, ਬਹੁਤ ਯੂ ਨੋ ਇੰਪੋਰਟੈਂਟ ਪੁਆਇੰਟਸ ਫੇਸਬੁੱਕ ਪੇਜ 'ਤੇ ਉਹਨਾਂ ਨੇ, ਦੀਪ ਲਸ਼ਰ ਜੀ ਨੇ ਭੇਜੇ ਨੇ, ਉਹ ਕਹਿ ਰਹੇ ਨੇ ਇਹ ਕਪਲ ਨੂੰ ਇਨ ਹੋਮ ਸਪੋਰਟ ਸਿਸਟਮ ਵੀ ਜਿਹੜਾ ਉਹਦੇ ਵਾਸਤੇ ਵੀ ਇਹ ਕੁਆਲੀਫਾਈ ਹੋ ਸਕਦੇ ਨੇ ਕਿ ਕੋਈ ਬੰਦਾ ਆਏ ਇਹਨਾਂ ਦੀ ਪੂਰੀ ਹੈਲਪ ਕਰੇ, ਉਹ ਗਵਰਨਮੈਂਟ ਪੇ ਕਰੇਗੀ ਉਹਦੀ। ਦੂਸਰਾ ਇੱਕ ਹੋਰ ਜਿਹੜਾ ਯੂ ਨੋ ਕਾਫੀ
पॉपुलर होया इस वेले कि कोई भी अपना ही बंदा जिस तरह वाइफ हसबेंड दी या हसबेंड वाइफ दी टेक केयर करन दे भी जड़ा है कि वो एक्स्ट्रा इनकम क्रिएट हो जाएगी, क्योंकि मैं ध्यान है कि ये जड़ा कपल सानू क्वेश्चन पूछ रहे हैं उन्होंने जेडे अंकल जी नाल जो गल हुई तो वह कहते हैं कि मैं बड़ा काम करदा, मैं सब्जियां कट देनियां, भांडे धो देने, होर सारा मैं करदा, भी मैनू बनानी नहीं आती, वह यही बनाते हैं पर मैं ये सारा कुछ उन्होंने करके देना। सो दोनों की सेहत यू नो एक दूजे नू कम वो साथ देंदे ने, सो एक दूजे वास्ते भी के केयर टेकर वाकना है इनकम भी क्रिएट कर सकते हैं। और ये भी कह रहे हैं कि अगर दोवां बजुर्ग ने तो बाहर तो कोई वर्कर घर विच आके काम विच भी हेल्प कर सकता है। सो ये इन्हां वास्ते ही नहीं सारे वास्ते बहुत जरूरी है कि ये सिचुएशन सिर्फ इस पिछे ये सिचुएशन विच ने क्योंकि इग्नोरेंट ने, क्योंकि इन्हां नू पता नहीं कि अमेरिका च बैठे हुए अमेरिकन पासपोर्ट्स दे हुंदे सोंदे तुहानू इह सारा कुछ सहण दी लोड़ नहीं है। तुहानू बहुत सारे रिसोर्सिज हैगे ने जिहड़े कि तुसी उहनू अवेल नहीं कर रहे, तुसी उहनां दा फायदा नहीं उठा रहे। लेट मी सी होर की कह रहे ने। हैलो, हाँ जी सत श्री अकाल। हैलो, हाँ जी सत श्री अकाल, दसो की कह रहे हो। ठीक है रविंद्र जी, मैं सोचा नंबर नहीं लगना, नवे फोन तो कर रही सी, दूजे बेटे दे घर सी। नो प्रॉब्लम, दसो की कहंदे हो। ऐसा है कि इन्हां दी शिकायत नवी तो है नहीं, पिछले साल तो कर रहे ने, जद लड़की प्रेगनेंट सी उदो तो शिकायत कर रहे ने, रजो इन्हां दा नाम है शायद। अच्छा, हाँ जी, इन्हां दी शिकायत बहुत देर तो हर चैनल दे उत्ते इन्हां दी शिकायत मैं सुनी है। ओके, अरविंद जी तुसी भी एक साइड दी जे स्टोरी सुन रहे हो, ठीक है। 75 साल दा आदमी इतना बुढ़ा नहीं होंदा कि ओदी ओदी नूं ओनू मारे। मैं नहीं कह रही कि झूठ बोल रहे, मैं नहीं कह रही। नहीं नहीं सुदर्शन जी, एक मैं पहले सब तो पहले कह रही हूं कि रीजन जिहड़ा मर्जी, और ज्ञान सिंह जी ने भी बड़ी सही पछाणिया है कि साडियां अपने लालचां करके गलतियां करके असी सिचुएशन च पैंदे आ। देयर मस्ट बी समथिंग, बट रीजन मे बी एनी, देयर इज नो रीजन कि वो 2 साल दा बच्चा है, हाले वो छोटा है, थोड़ा वड्डा होएगा की देखेगा, कर वो की देखेगा, असल च इन्हां नूं अलग हो जाना ही बेटर है। बिल्कुल अलग हो जान, बिल्कुल ओथे जा सकते ने, ओल्ड होम च जा सकते ने, जिहड़ी इन्हां दे सोशल सिक्योरिटी रो पैसे उन्हां नूं दे सकते ने, और दूजे छोटे लो इनकम वाली जगह ते जा सकते ने, जिन्ना हो सकता है जल्दी ये अलग हो जान, क्योंकि इन्हां नूं इन्हां ते 1.5 साल 2 साल हो गया मैनूं सुनदे होए आ। बिलकुल रजो है शायद इस औरत दा नाम। अच्छा जी, ठीक है। सुदर्शन जी ठीक है, बट थैंक यू फॉर कॉलिंग, थैंक यू कि तुसीं इह इनफॉर्मेशन साडे नाल शेयर कीती है, क्योंकि वाकई बहुत ज्यादा जिहड़ा कोई भी चीज है उहदा हल लभना बड़ा जरूरी है। जे इह सिचुएशन है वाकई असीं कोई शक नहीं कर रहे कि तुसी गलत बोल रहे हो, पर क्यों सोल्यूशन नहीं लभ रहे? जिहड़ी चीज़ असी लंघी जांदे आ ना, सेम सिचुएशन च होंदे आ, उहदे सानूं कोई पे ऑफ होंदा, कोई फायदा तुहाडा वी है जिहड़ा तुसी घर च रह रहे हो। मेरे नाल उहनां ने जो शेयर कीता कि सानूं एप्रीहेंशन है, और फीयर जिहड़ा हैगा ना वो बड़ा आंदा है, यह नहीं कि इकल्ले होणगे, कि फीयर है कि असी इकल्ले किवें रहांगे, कितें होर घर कित्थे मिलेगा, किसी नाल अगर कट्ठे रह के रहना पिया, या फिर किसी दे नेड़े रहना पिया, जिहड़े मीट मछली खांदे होण, अंडा खांदे होण, सानू उल्टी आ जाएगी, ये सारा मेरा मैनू क्या उन्होंने। पर वो फीयर भी दा भी हल है, जिवें एक नसीब जी ने कहा कि तुसी डे केयर वास्ते चले जाओ, सवेरे अपना सीनियर सिटीजनस दे विच जाओ, बच्चा उन्हां दी रिस्पोंसिबिलिटी है, सो सवेरे तुसी जाओ, शामी आओ, उत्थों शुरुआत करो। पर ये सैपरेशन इस चीज़ का जिहड़ा रोज़ का कल कल है, ਉਹਦਾ ਸੋਲੂਸ਼ਨ ਜ਼ਰੂਰ ਹੋਣਾ ਚਾਹੀਦਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਕਮ ਬੈਕ, ਤੁਸੀਂ ਕਿਤੇ ਨਾ ਜਾਣਾ, ਔਰ ਮੈਂ ਹੋਰ ਕਾਲਸ ਲਾਂਗੀ। ਸਾਰਿਆਂ ਦਾ ਫਿਰ ਸਵਾਗਤ ਹੈ। ਸੁਦਰਸ਼ਨ ਜੀ ਥੈਂਕ ਯੂ ਸੋ ਮੱਚ ਫੋਰ ਦਿਸ ਕਾਲ, ਬਿਕੋਜ਼ ਉਹਦੇ ਨਾਲ ਸਾਡਾ ਪਰਸਪੈਕਟਿਵ ਇਹ ਨਹੀਂ ਕਿ ਕੋਈ ਯੂ ਨੋ ਆਈ ਐਮ ਨੋਟ ਜਜਿੰਗ, ਡੈਫੀਨੇਟਲੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੇਰੇ ਕੋਲ ਜਿਹੜਾ ਆਏਗਾ ਇੱਕ ਸਵਾਲ ਲੈ ਕੇ, ਮੇਰਾ ਫਸਟ ਫਰਜ਼ ਹੈ ਕਿ ਮੈਂ ਉਹਨਾਂ ਦੀ ਗੱਲ ਸੁਣਾ। ਅਫਕੋਰਸ ਇਸ 'ਚ ਉਹ ਨਹੀਂ ਹੈ ਕਿ ਦੂਜੇ ਪਾਸੇ ਦੀ ਵੀ ਸਟੋਰੀ ਸਮਝ ਆਏ, ਪਰ ਗਿਆਨ ਸਿੰਘ ਜੀ ਵਾਕਣ ਮੈਨੂੰ ਵੀ ਇਸ ਬੜੀਆਂ ਸਾਰੀਆਂ ਚੀਜ਼ਾਂ ਕਿ ਕਿਸ ਚੀਜ਼ ਦਾ ਰਿਜ਼ਲਟ ਹੈ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੇ।
ਕੁੜੀ ਫਰਸਟ੍ਰੇਟਿਡ ਹੈ, ਵੱਡੀ ਉਮਰ ਦਾ ਹਸਬੈਂਡ ਹੈ ਜਾਂ ਉਹ ਵੀ ਘਰ ਨਹੀਂ ਰਹਿੰਦਾ, ਸੋ ਕੀ ਸਾਰੀਆਂ ਚੀਜ਼ਾਂ, ਪਰ ਫਿਰ ਵੀ ਮਨ ਇਹੀ ਕਹਿੰਦਾ ਕਿ ਕੋਈ ਵੀ ਗੱਲ ਹੋਏ ਇੱਥੇ ਨਹੀਂ ਪਹੁੰਚਣੀ ਚਾਹੀਦੀ ਕਿ ਇੱਕ ਦੂਜੇ 'ਤੇ ਤੁਸੀਂ ਹੱਥ ਚੁੱਕੋ। ਹੁਣ ਗੱਲ ਜਿਸ ਤਰ੍ਹਾਂ ਸੁਦਰਸ਼ਨ ਜੀ ਕਹਿ ਰਹੇ ਕਿ ਓਵਰ ਦਾ ਟਾਈਮ ਇਹ ਉਹਨਾਂ ਦੀ ਕੰਪਲੇਂਟ ਹੈ, ਕੰਪਲੇਂਟ ਸੋਲਵ ਕਿਉਂ ਨਹੀਂ ਹੋ ਰਹੀ, ਕਿਉਂ ਨਹੀਂ ਸੋਲਵ ਕਰ ਰਹੇ ਉਹਦੀ? ਉਹਦੇ ਬੜੇ ਚੀਜ਼ਾਂ ਹੋ ਸਕਦੀਆਂ, ਇੱਕ ਤਾਂ ਕਿ ਕੁਛ ਐਫਰਟ ਨਹੀਂ ਕਰ ਰਹੇ, ਫਿਰ ਰੋਣ ਦਾ ਕੀ ਫਾਇਦਾ ਜੇ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ। ਦੂਸਰੇ ਪਾਸੇ ਇੱਕ ਹੋਰ ਧਿਆਨ ਆਉਂਦਾ ਜਿਹੜੇ ਬਜ਼ੁਰਗਾਂ ਦੇ ਵਿੱਚ, ਕਈ ਹੋਰਾਂ ਨੂੰ ਵੀ ਪੈਰਾਨੋਇਡ ਹੋਣਾ, ਇੱਕ ਫੀਲਿੰਗ ਹੋਣਾ ਕਿ ਮੇਰੇ ਨਾਲ ਇੰਝ ਹੋ ਰਿਹਾ, ਮੇਰੇ ਨਾਲ ਕੋਈ ਧੋਖਾ ਕਰ ਰਿਹਾ, ਮੈਨੂੰ ਕੋਈ ਇਹ ਕਰ ਰਿਹਾ, ਮੇਰੀ ਕੋਈ ਚੋਰੀ ਕਰ ਰਿਹਾ। ਉਹ ਵੀ ਤੁਸੀਂ ਬੜੀ ਸੁਣੀ ਹੋਣੀ ਹੈ ਆਪਣੇ, ਅਸੀਂ ਸਭ ਨੇ ਐਕਸਪੀਰੀਅੰਸ ਕੀਤੀ ਹੈ, ਸਾਡੇ ਬਜ਼ੁਰਗਾਂ ਨੇ ਉਸ ਤਰ੍ਹਾਂ ਜਾਣ ਤੋਂ ਪਹਿਲੇ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ ਸੀ। ਸੋ ਉਹ ਵੀ ਇੱਕ ਪੋਸੀਬਿਲਿਟੀ ਹੈ ਜਿਹਦੇ ਕਰਕੇ ਜ਼ਰੂਰ ਇਹਨਾਂ ਨੂੰ ਆਪਣੇ ਡਾਕਟਰ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਭਾਵੇਂ ਅਬਿਊਜ਼ ਰੀਅਲ ਹੋ ਰਿਹਾ, ਭਾਵੇਂ ਤੁਹਾਨੂੰ ਲੱਗ ਰਿਹਾ ਤੁਹਾਡੇ ਨਾਲ ਹੋ ਰਿਹਾ, ਡਾਕਟਰ ਇਜ਼ ਵਨ ਪਰਸਨ ਜਿਹੜਾ ਮੈਨੂੰ ਬਹੁਤ ਲੱਗਦਾ ਹੈ ਕਿ ਜ਼ਰੂਰ ਤੁਸੀਂ ਉਹਨਾਂ ਨਾਲ ਸ਼ੇਅਰ ਕਰੋ। ਉੱਥੋਂ ਤੁਹਾਡੀ ਸਾਰੀ ਹੈਲਪ ਵੀ ਹੋ ਜਾਂਦੀ ਹੈ ਕਿ ਤੁਸੀਂ ਅਗਰ ਵੱਖਰੇ ਰਹਿਣਾ ਹੈ, ਉਹ ਕਿਹੜੇ ਨੰਬਰ ਚਾਹੀਦੇ ਆ ਤੁਹਾਨੂੰ, ਕਿਹੜੇ ਫੋਰਮਸ ਚਾਹੀਦੇ ਆ, ਉਹ ਵੀ ਹੈਲਪ ਕਰ ਸਕਦੇ ਹਾਂ ਕਿਉਂਕਿ ਸੋਸ਼ਲ ਵਰਕਰਸ ਹੁੰਦੇ ਆ ਉੱਥੇ। ਸੋ ਤੁਹਾਨੂੰ ਦੱਸ ਦੇਣਗੇ, ਉਹ ਐਟਲੀਸਟ ਰੈਫਰ ਕਰ ਦੇਣਗੇ ਤੁਹਾਨੂੰ। ਔਰ ਅਗਰ ਨਹੀਂ, ਤੁਹਾਨੂੰ ਮਨ ਦੀ ਸਥਿਤੀ ਐਸੀ ਤੁਹਾਨੂੰ ਤੰਗ ਕਰ ਰਹੀ ਹੈ, ਤਾਂ ਫਿਰ ਵੀ ਡਾਕਟਰ ਜਿਹੜਾ ਹੈ ਉਹ ਟੇਕ ਕੇਅਰ ਕਰੇਗਾ। ਸੋ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਤੁਹਾਨੂੰ ਮਹਿਸੂਸ ਹੋਏ ਤਾਂ ਡਾਕਟਰ ਨਾਲ ਸ਼ੇਅਰ ਕਰੋ। ਔਰ ਜਿਹੜੇ ਯੰਗਸਟਰਸ ਨੂੰ ਵੀ ਮੈਂ ਇਹੀ ਕਹਾਂਗੀ ਕਿ ਜਿਹੜਾ ਦੇ ਘਰ ਬਜ਼ੁਰਗਾਂ ਨੂੰ ਇੰਝ ਲੱਗ ਰਿਹਾ, ਉਹ ਵੀ ਇਹੀ ਰਿਕਮੈਂਡ ਕਰਾਂਗੀ ਕਿ ਡਾਕਟਰ ਨੂੰ ਪਹਿਲੇ ਦੱਸੋ ਕਿ ਇਸ ਤਰ੍ਹਾਂ ਇਹਨਾਂ ਨੂੰ ਫੀਲ ਹੋ ਰਿਹਾ, ਇਸ ਤਰ੍ਹਾਂ ਇਹਨਾਂ ਨੂੰ ਲੱਗ ਰਿਹਾ। ਹੈਵਿੰਗ ਸੈਡ ਦੈਟ, ਮੈਂ ਜ਼ਰੂਰ ਇਹਨਾਂ ਨੂੰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੁਇਕਲੀ ਦੱਸੋ ਕੀ ਕਹਿੰਦੇ ਹੋ, ਥੋੜਾ ਟਾਈਮ ਰਹਿ ਗਿਆ। ਮੈਂ ਵੀ ਸੁਖਦਰਸ਼ਨ ਜੀ ਦੇ ਨਾਲ ਸਹਿਮਤ ਹੈਗੀ ਆ। ਇਹਨਾਂ ਨੂੰ 2-2.5 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ। ਅੱਛਾ ਜੀ। ਇਹਨਾਂ ਨਾਲ ਤੀਜੀ ਵਾਰ ਵਿਆਹ ਕੀਤਾ ਹੋਇਆ ਆਪਦੇ ਬੇਟੇ ਦਾ ਜੀ। ਅੱਛਾ ਜੀ। ਇੱਕ ਕੁੜੀ ਜਿਹੜੀ ਪਹਿਲਾਂ ਸੀਗੀ ਨਾ, ਇੰਡੀਆ ਹੀ ਸੀ ਉਹ ਜੀ, ਉਹ ਪਹਿਲਾਂ ਉੱਥੇ ਉਹਨੂੰ ਤਲਾਕ ਦਿੱਤਾ। ਇਹ ਇੰਡੀਆ ਵੀ ਨਹੀਂ ਜਾ ਸਕਦੇ, ਇਹਨਾਂ ਤੇ ਬੈਨ ਹੈਗਾ, ਇੰਡੀਆ ਨਹੀਂ ਜਾ ਸਕਦੇ ਦੋਵੇਂ ਬਜ਼ੁਰਗ। ਉਹਨਾਂ ਨੇ ਮੈਨੂੰ ਕਿਹਾ 2 ਵਾਰੀ ਅਸੀਂ ਗਏ ਆ ਪਰ ਅਸੀਂ ਇੱਥੇ ਹੀ ਹੈਗੇ ਆ। ਹਾਂਜੀ। ਨਹੀਂ ਨਹੀਂ, ਮੈਂ ਤੁਹਾਨੂੰ ਦੱਸਦੀ ਸਾਰੀ ਕਹਾਣੀ। ਇਹਨਾਂ ਦੇ ਇਹ ਲੇਡੀਜ਼ ਦੇ ਮੂੰਹ ਦੀਆਂ ਗੱਲਾਂ ਇਹ ਮੈਂ ਜਿਹੜੀਆਂ ਤੁਹਾਨੂੰ ਦੱਸ ਰਹੀ ਹਾਂ। ਇਹਨਾਂ ਰਾਤ ਨੂੰ ਉੱਥੇ ਤੇ ਵਕੀਲ ਆਈ ਸੀ ਇੱਕ ਦਿਨ ਟੀਵੀ ਤੇ। ਅੱਛਾ ਜੀ। ਉਸ ਵਕੀਲ ਨੇ ਬੜੀ ਸੁਣਨ ਵਾਲੀ ਗੱਲ ਆ, ਉਹ ਵਕੀਲ ਨੂੰ ਫਿਰ ਇਹਨਾਂ ਨੇ ਕਾਲ ਕੀਤਾ ਵੀ ਏਦਾਂ ਏਦਾਂ ਸਾਡਾ ਵੀ ਕੇਸ ਆ, ਹੁਣ ਉਹ ਕੁੜੀ ਨੇ ਤਾਂ ਕੈਨੇਡਾ ਆ ਚੁੱਕੀ ਵਿਆਹ ਕਰਾ ਕੇ। ਹਾਂਜੀ। ਤੇ ਇਹਨਾਂ ਨੇ ਉਹਨਾਂ ਕੁੜੀ ਨੇ ਇਹਨਾਂ ਤੇ ਡੋਰੀ ਦਾ ਕੇਸ ਪਾਇਆ ਹੋਇਆ ਹੈ। ਕੁੜੀਆਂ ਵੀ ਕੁੱਟਦੀਆਂ ਸੀ, ਕੁੜੀਆਂ ਵੀ ਸਹਿਮਤ ਨਹੀਂ ਹੁਣ ਇਹਨਾਂ ਨਾਲ, ਮੈਨੂੰ ਲੱਗਦਾ ਜਿੱਥੇ ਤੱਕ। ਠੀਕ ਹੈ, ਇਸ ਸਾਡਾ ਕੇਸ, ਥੈਂਕ ਯੂ ਸੋ ਮਚ ਜੋ ਸੁਦਰਸ਼ਨ ਜੀ ਨੇ ਵੀ ਸ਼ੇਅਰ ਕੀਤਾ, ਤੁਸੀਂ ਵੀ। ਪਰ ਦੇਖੋ, ਸਾਡੇ ਹਿਸਾਬ ਨਾਲ ਬਹੁਤ ਅੱਛੀ ਗੱਲ ਹੈ, ਤੁਸੀਂ ਸਾਰਿਆਂ ਨੇ ਜਿਨ੍ਹਾਂ ਨੂੰ ਪਤਾ ਸੀ ਉਹ ਸ਼ੇਅਰ ਕਰਤਾ। ਸੋ ਸਾਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਹੈ ਨਾ, ਉਹ ਖਾਲੀ ਜਿਵੇਂ, ਕਿਉਂਕਿ ਮੇਰੇ ਤਾਂ ਸ਼ੋਅ 'ਤੇ ਇਹਨਾਂ ਨੇ ਗੱਲ ਕੀਤੀ, ਦੂਜੇ ਦਿਨ ਮੈਂ ਅਗਰ ਗੱਲ ਨਹੀਂ ਕੀਤੀ ਹੋਈ ਸੀ ਤਾਂ ਦੂਜੇ ਦਿਨ ਫਿਰ ਸ਼ੋਅ 'ਤੇ ਕਿ ਮੈਨੂੰ ਤੁਸੀਂ ਗੱਲ ਨਹੀਂ ਕੀਤੀ, ਮੈਂ ਤਾਂ ਬੜੀ ਪਰੇਸ਼ਾਨ ਹਾਂ। ਸੋ ਮੇਰਾ ਇੱਕ ਫਰਜ਼ ਬਣਦਾ ਕਿ ਮੈਂ ਉਹ ਗੱਲ ਸਾਰਿਆਂ ਦੇ ਸਾਹਮਣੇ ਜ਼ਰੂਰ ਲਿਆਵਾਂ। ਪਰ ਥੈਂਕ ਯੂ ਕਿ ਜੋ ਤੁਹਾਨੂੰ ਪਤਾ ਸੀ ਤੁਸੀਂ ਸ਼ੇਅਰ ਕੀਤਾ। ਬਾਕੀ ਮੇਰਾ ਗੋਲ ਫਿਰ ਵੀ, ਮੈਨੂੰ ਨਹੀਂ ਲੱਗਦਾ ਕਿ ਮੇਰਾ ਇਸ ਘੰਟੇ ਦਾ ਡਿਫੀਟ ਹੋਇਆ। ਕਿਉਂ? ਕਿਉਂਕਿ ਮੈਂ ਇਸ ਸ਼ੋਅ ਦੇ ਰਾਹੀਂ ਬਹੁਤ ਸਾਰੇ ਬੰਦੇ ਜਿਹੜੇ ਸ਼ਾਇਦ ਕੁਐਸਚਨ ਨਹੀਂ ਪਹੁੰਚਦੇ, ਉਹ ਉਸ ਸਟੇਜ 'ਚ ਹੁੰਦੇ ਆ, ਉਸ ਸਿਚੁਏਸ਼ਨ 'ਚ ਹੁੰਦੇ ਆ, ਪਰ ਸਵਾਲ ਨਹੀਂ ਕਰ ਸਕਦੇ, ਉਹਨਾਂ ਨਾਲ ਗੱਲ ਕਰ ਰਹੀ ਹੁੰਦੀ ਹਾਂ। ਸੋ ਮੇਰੇ ਹਿਸਾਬ ਨਾਲ ਬੜੇ ਉਹ ਬੰਦੇ ਜਿਹੜੇ ਕਿ ਸ਼ਾਇਦ ਇਹ ਸਪੋਜ਼ਡਲੀ ਇਹ ਸਿਚੁਏਸ਼ਨ ਨੇ ਜਾਂ ਰੀਅਲ ਸਿਚੁਏਸ਼ਨ 'ਚ ਨੇ, ਉਹਨਾਂ ਗੱਲਾਂ ਤੱਕ, ਉਹਨਾਂ ਜੀਵਾਂ ਤੱਕ ਇਹ ਗੱਲ ਪਹੁੰਚੀ ਹੈ। ਔਰ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਜ਼ਰੂਰ ਐਲਡਰਸ ਵੀ, ਯੰਗਸਟਰਸ ਵੀ, ਪਹਿਲਾ ਬੰਦਾ ਜਿਹੜਾ ਤੁਸੀਂ ਸ਼ੇਅਰ ਕਰਨਾ, ਉਹ ਜ਼ਰੂਰ ਤੁਹਾਡਾ ਡਾਕਟਰ ਹੋਣਾ ਚਾਹੀਦਾ, ਤਾਂ ਕਿ ਤੁਹਾਨੂੰ ਸਹੀ ਰਾਹ ਚ ਪਤਾ ਲੱਗੇ। ਲੈਟਸ ਸੀ ਹੋਰ ਕੀ ਕਹਿ ਰਹੇ ਹਨ ਕੁਇਕਲੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਾਰ ਸਿੰਘ ਬੋਲ ਰਿਹਾ ਨਿਊਯਾਰਕ। ਹਾਂਜੀ ਹਾਂਜੀ, ਬਲਕਾਰ ਸਿੰਘ ਜੀ ਦੱਸੋ। ਵੈਸੇ ਪਤਾ ਲੱਗ ਹੀ ਗਿਆ, ਤੇ ਚਲੋ ਕੁਛ ਵੀ ਜੋ ਵੀ ਹੋਇਆ, ਜਿੱਦਾਂ ਦੇ ਚੰਗੇ ਮਾੜੇ ਜੋ ਵੀ ਆਵੇ, ਬਿਲਕੁਲ ਕਰਕੇ ਨਾ ਇਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ, ਤੇ ਮੈਂ ਇਹਨਾਂ ਨੂੰ ਤਿੰਨ ਤਰੀਕੇ ਦੱਸਦਾ ਤੇ ਉਹ ਆਰਾਮ ਨਾਲ ਆਪਣੇ ਕਰਨ ਔਰ ਆਰਾਮ ਨਾਲ ਆਪਣਾ ਜੀ ਸਕਦੇ ਨੇ। ਠੀਕ ਹੈ। ਸਭ ਤੋਂ ਪਹਿਲਾਂ ਆਪਣਾ ਇਹਨਾਂ ਦਾ ਪਰਸਨਲ ਡਾਕਟਰ ਜਿਹੜਾ ਹੈ ਨਾ, ਉਹਨੂੰ ਆਪਣੀ ਸਿਚੁਏਸ਼ਨ ਸਾਰੀ ਦੱਸਣ,
ਉਹ ਆਪਣੇ ਆਪ ਹੀ ਸੋਸ਼ਲ ਵਰਕਰ ਨੂੰ ਬੁਲਾ ਲੇਗਾ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਡਾਕਟਰ ਦੀ, ਉਹ ਸੋਸ਼ਲ ਵਰਕਰ ਨੂੰ ਬੁਲਾਏਗਾ ਬਕਾਇਦਾ ਨੂੰ ਹਾਊਸਿੰਗ ਡਿਪਾਰਟਮੈਂਟ 'ਚ ਵੀ ਸਾਰਾ ਕਰਵਾ ਕੇ ਇਹਨਾਂ ਦਾ ਅਪਲਾਈ ਕਰਾ ਦੇਗਾ ਹਾਊਸਿੰਗ ਲਈ, ਉਹਦੇ 'ਚ ਉਹਨਾਂ 30% ਸੋਸ਼ਲ ਸਕਿਉਰਟੀ ਦਾ ਆਟੋਮੈਟਿਕਲੀ ਜ਼ਿਆਦਾ ਕੋਈ ਰੈਂਟ ਦੇ ਦੀ ਲੋੜ ਨਹੀਂ, ਮਤਲਬ ਹਰ ਚੀਜ਼ ਦਾ ਉਹ ਕਰਨਗੇ ਸੋਸ਼ਲ ਵਰਕਰ ਦਾ। ਅਤੇ ਅਗਰ ਇਹ ਡਾਕਟਰ ਦੂਜਾ ਨੰਬਰ 311 ਨੂੰ ਕਾਲ ਕਰਨ, ਪੰਜਾਬੀ 'ਚ ਨਹੀਂ ਇੰਗਲਿਸ਼ ਆਉਂਦੀ, ਪੰਜਾਬੀ 'ਚ ਗੱਲ ਕਰਨ, ਉੱਥੋਂ ਵੀ ਇਹਨਾਂ ਨੂੰ ਕੰਸਰਨਿੰਗ ਡਿਪਾਰਟਮੈਂਟ ਮਿਲਾ ਕੇ ਬਕਾਇਦਾ ਇਹਨਾਂ ਨੂੰ ਪਰਮਾਨੈਂਟ ਸੋਸ਼ਲ ਵਰਕਰ ਦੇ ਦੇਣਗੇ ਜੋ ਇਹਨਾਂ ਦੇ ਸਾਰੇ ਕੰਮ ਕਰੇਗਾ, ਇਹਨਾਂ ਨੂੰ ਸੈਟਿੰਗ ਕਰੇਗਾ। ਤੇ ਤੀਸਰਾ, ਇਹਨਾਂ ਦੇ ਘਰ ਦੇ ਕੋਲ ਅਗਰ ਨੇਬਰਹੁੱਡ 'ਚ ਕੋਈ ਸੀਨੀਅਰ ਸਿਟੀਜਨ ਸੈਂਟਰ ਹੈਗਾ ਤਾਂ ਉੱਥੇ ਜਾਣ, ਉਹਨਾਂ ਕੋਲ ਪੂਰਾ ਅਰੇਂਜਮੈਂਟ ਹੁੰਦਾ ਇਹਨਾਂ ਦਾ, ਉਹ ਬਕਾਇਦਾ ਸਾਰਾ ਪੇਪਰ ਵਰਕ ਨਾਲ ਕਰ ਦੇਣਗੇ ਤੇ ਆਪਣਾ ਲੱਗ ਰਹਿਣ ਤੇ ਆਪਣੀ ਜ਼ਿੰਦਗੀ ਕੀ, ਦੈਟ ਇਜ਼ ਅ ਗੁੱਡ ਵੇ ਪਾਥ ਫੋਰ ਕੁਛ। ਬਿਲਕੁਲ ਜੀ, ਥੈਂਕ ਯੂ ਸੋ ਮਚ, ਬਿਲਕੁਲ ਸਹੀ ਕਹਿ ਰਹੇ ਨੇ। ਰੀਜ਼ਨ ਜੋ ਮਰਜ਼ੀ ਹੋਏ, ਤੁਹਾਨੂੰ ਪੂਰਾ ਹੱਕ ਹੈ ਆਪਣੀ ਜ਼ਿੰਦਗੀ ਸੋਹਣੀ ਤਰ੍ਹਾਂ ਜੀਣ ਦਾ। ਸੋ ਉੱਥੋਂ ਨਿਕਲ ਕੇ ਇੰਡੀਪੈਂਡੈਂਟ ਰਹੋ, ਔਰ ਬਹੁਤ ਵੱਡੀ ਆ ਗੱਲ, ਆਪਣੇ ਬਲੈਸਿੰਗਸ ਨੂੰ ਕਾਊਂਟ ਕਰੋ ਕਿ ਦੋ ਹੈਗੇ ਹੋ, ਇੱਕ ਦੂਜੇ ਵਾਸਤੇ ਦੋਨੋਂ ਹੈਗੇ ਹੋ। ਸੋ ਸਮਾਂ ਚੰਗਾ ਬਿਤਾਉਣ ਵਾਸਤੇ ਇਸ ਕੱਲ ਕੱਲ ਚੋਂ ਨਿਕਲੋ, ਉਹਨਾਂ ਵਾਸਤੇ ਵੀ ਕੱਲ ਕੱਲ ਨਾ ਕ੍ਰੀਏਟ ਹੋਏ, ਤੁਹਾਡੇ ਵਾਸਤੇ ਵੀ ਨਾ ਹੋਏ। ਸੋ ਬੜੇ ਸਾਰੇ ਤਰੀਕੇ ਬਲਕਾਰ ਜੀ ਨੇ ਵੀ ਦੱਸਦੇ ਨੇ, ਹੋਰਾਂ ਨੇ ਵੀ ਦੱਸਦੇ। ਮੈਂ ਕੁਇਕਲੀ ਇੱਕ ਕਾਲ ਲੈ ਲੈਂਦੀ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਗਿਆਨ ਸਿੰਘ ਜੀ ਦਾ ਫੋਨ, ਮੈਂ ਉਹਨਾਂ ਨੂੰ ਪੁੱਛਦਾਂਗੀ, ਮੈਂ ਅਗਰ ਉਹਦੇ 'ਤੇ ਦੇ ਸਕਦੀ ਹਾਂ, ਆਈ ਥਿੰਕ ਉਹਨਾਂ ਨੇ ਕਹਿਤਾ, ਅਤੇ ਮੈਂ ਇੱਕ ਵਾਰੀ ਦੇ ਹੀ ਦਿੰਦੀ ਹਾਂ। 253-939-2254 ਪਿੱਛੇ ਕਰਕੇ ਤੁਸੀਂ ਇਹ ਮੇਰਾ ਦੁਬਾਰਾ ਸੁਣ ਸਕਦੇ ਹੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕੀ ਕਹਿਣਾ ਚਾਹੋਗੇ ਅੱਜ? ਮੈਂ ਕਸ਼ਮੀਰ ਬੋਲਦੀ, ਸਿਆਟਲ ਤੋਂ। ਗੱਲ ਤਾਂ ਇਹ ਆ ਅਰਵਿੰਦ ਜੀ, ਤੇ ਕਹਿੰਦੇ ਹੋਏ ਨਾ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਹੈ ਨਾ। ਇਹ ਵਿਆਹ ਦੇ ਜਿਹੜੇ ਕੰਮ ਆ ਇਹਨਾਂ ਦੇ ਵਿੱਚ ਕਾਲੀਆਂ ਬਿਲਕੁਲ ਨਹੀਂ ਚਾਹੀਦੀਆਂ ਜੀ। ਤੁਸੀਂ ਸਾਰਿਆਂ ਨੇ ਵੀ ਸ਼ਾਇਦ, ਤੁਹਾਨੂੰ ਪਤਾ ਹੋਣਾ, ਪਿੱਛੇ ਜਿਹਾ ਇੱਕ ਨਿਊਜ਼ ਇੰਨੀ ਸੀਗੀ, ਸਾਰਿਆਂ ਨੇ ਅਖਬਾਰਾਂ 'ਚ ਵੀ ਪੜ੍ਹਿਆ ਹੋਣਾ, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਕੁੜੀ ਗਈ ਕੈਨੇਡਾ ਤੋਂ, ਕੇਸਾਂ ਧਾਰੀ ਸੀ, ਮਤਲਬ ਅੰਮ੍ਰਿਤ ਧਾਰੀ ਸੀਗੀ, ਕੇਸ ਕੀ ਬੰਨੀ ਹੋਈ ਸੀ, ਇੱਕ ਮੁੰਡੇ ਨਾਲ ਵਿਆਹ ਕਰਾਉਂਦੀ ਆ, ਤੇ ਉਹਦੇ ਨਾਲ ਬਾਹਰ ਵੀ ਘੁੰਮਣ ਜਾਂਦੀ ਆ, ਉਹਦੇ ਸਾਰੇ ਪੈਸੇ ਪੂਸੇ ਵੀ ਸਾਰੇ ਆਪਣੇ ਨਾਂ ਕਰਾ ਲੈਂਦੀ ਆ, ਤੇ ਇੱਕ ਦਿਨ ਰਾਤ ਨੂੰ ਪਤਾ ਨਹੀਂ ਉਸ ਘਰ ਦੇ ਵਿੱਚ ਉਹ ਕੀ ਪਾ ਦਿੰਦੀ ਉਹਨਾਂ ਦੀ ਦਾਲ ਸਬਜ਼ੀ ਜਾਂ ਦੁੱਧ ਦੇ ਵਿੱਚ। ਮੁੰਡੇ ਦੀ ਮਦਰ, ਮੁੰਡਾ ਤੇ ਉਹਦੀ ਸਿਸਟਰ ਤਿੰਨੇ ਰਾਤ ਨੂੰ ਡੈਥ ਹੋ ਜਾਂਦੀ, ਕੁੜੀ ਅੱਜ ਤੱਕ ਨਹੀਂ ਉਹ ਮਿਲੀ। ਔਰ ਸਾਰੇ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ, ਸਾਰੇ ਅਖਬਾਰਾਂ ਦੇ ਵਿੱਚ ਉਹਦਾ ਦਿੱਤਾ ਹੋਇਆ ਸੀ ਹੁਲੀਆ, ਉਹਦੀਆਂ ਫੋਟੋ ਦਿੱਤੀਆਂ ਹੋਈਆਂ ਸੀ ਵੀ ਤੁਸੀਂ ਇਹਨੂੰ ਲੱਭੋ। ਪਰ ਇੱਦਾਂ ਦੇ ਬਹੁਤ ਕੇਸ ਹੋ ਰਹੇ ਆ, ਇਹ ਵਿਆਹ ਦੇ ਕੰਮ ਜਿਹੜੇ, ਮੈਂ ਤੇ ਇਹ ਕਹੂੰਗੀ ਸੋਚ ਸਮਝ ਕੇ ਕਰਨੇ ਚਾਹੀਦੇ ਆ। ਕਸ਼ਮੀਰ ਜੀ, ਬਹੁਤ ਸਹੀ ਕਹਿ ਰਹੇ ਹੋ ਤੁਸੀਂ, ਬਹੁਤ ਸਹੀ ਕਹਿ ਰਹੇ ਹੋ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅੱਜ ਅਸੀਂ ਇਹਦੇ ਬਾਰੇ ਹੋਰ ਗੱਲ ਕਰ ਸਕੀਏ। ਸੋ ਬਹੁਤ ਜ਼ਰੂਰੀ ਹੈ ਕਿ ਯੂ ਨੋ ਅਸੀਂ ਇਹਦੇ ਬਾਰੇ, ਅਸੀਂ ਬਹੁਤ ਸਾਰੀਆਂ ਕਾਲਸ ਦੇਖ ਰਹੇ ਹਾਂ ਅੱਜ ਦੀ ਗੱਲ ਦੇ ਨਾਲ ਨਾਲ ਜੁੜੀਆਂ ਹੋਈਆਂ, ਕਿੰਨੀਆਂ ਗੱਲਾਂ ਸਾਨੂੰ, ਕਿੰਨੇ ਚੈਲੇਂਜਿੰਗ ਸਾਡੀ ਕਮਿਊਨਿਟੀ ਦੀਆਂ ਕਹਿ ਲਓ ਇੱਕ ਵੀਕ ਪੁਆਇੰਟਸ, ਖੁਦ ਵੀ ਕਹਿੰਦੇ ਆ ਨਾ ਕਿ ਢਿੱਡ ਨੰਗਾ ਕਰਕੇ ਦੇਖੋ ਤਾਂ ਦਿਖਾਇਆ ਨਹੀਂ ਜਾਂਦਾ, ਇਹਨਾਂ ਨੇ ਖੁਦ ਵੀ ਕਿਹਾ ਅੱਜ ਕਿ ਆਪਣੇ ਬੱਚਿਆਂ ਦੀ ਗੱਲ ਨਹੀਂ ਕਹੀ ਜਾਂਦੀ। ਪਰ ਅੱਜ ਸਾਡੀ ਕਮਿਊਨਿਟੀ ਦਾ ਇਸ ਸਿਚੁਏਸ਼ਨ ਨੂੰ ਡਿਸਕਸ ਕਰਕੇ ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਬਾਹਰ ਆਉਂਦੀਆਂ, ਜੋ ਹੁਣੇ ਕਸ਼ਮੀਰ ਜੀ ਨੇ ਵੀ ਕਿਹਾ ਵੀ ਵਿਆਹ ਕਿੰਝ ਹੋ ਰਿਹਾ, ਉਹ ਪਤਾ ਨਹੀਂ ਭੇਸ ਹੀ ਹੋਏ ਹੋ, ਯੂ ਨੋ ਕੇਸਗੀ ਬੰਨੀ ਸੀ, ਇਹ ਸੀਗਾ ਵੋ ਸੀਗਾ, ਉਹ ਖਾਲੀ ਭੇਸ ਹੀ ਹੋਏ ਕਿਉਂਕਿ ਉਹਨੇ ਇਲੋਪ ਜੋ ਹੋਣਾ ਸੀ। ਸੋ ਹੂ ਨੋਜ਼ ਕੌਣ ਸੀਗੀ ਔਰ ਕਦੇ ਜਿਹੜੀ ਹੁਣ ਤੱਕ ਮਿਲੀ ਨਹੀਂ। ਬਟ ਐਨੀਵੇਜ਼, ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਅੱਜ ਦੇ ਕੇਸ 'ਚੋਂ ਬਾਹਰ ਨਿਕਲ ਰਹੀਆਂ, ਕਿਸ ਨਾਲ ਵਿਆਹ ਹੋ ਰਿਹਾ, ਕਿਸ ਤਰ੍ਹਾਂ ਕੁੜੀਆਂ ਯੰਗ ਔਰ ਵੱਡੇ ਬੰਦਿਆਂ ਨਾਲ ਵਿਆਹ ਹੋ ਰਿਹਾ, ਫਿਰ ਉਹਨਾਂ ਦੀ ਫਰਸਟ੍ਰੇਸ਼ਨ ਪੇਰੈਂਟਸ ਹੈ ਰਹੇ ਨੇ, ਹੋਰ ਬੜੀਆਂ ਚੀਜ਼ਾਂ ਇਹਦੇ ਨਾਲ ਕੀ ਸਾਰਾ ਕੁਝ ਇਹਦੇ 'ਚੋਂ ਨਿਕਲਦਾ। ਪਲੀਜ਼, ਮੇਰੇ ਕੋਲ ਹੋਰ ਕਾਲਸ ਲੈਣ ਦਾ ਟਾਈਮ ਨਹੀਂ ਹੈ, ਪਰ ਕੱਲ੍ਹ ਦੇ ਨਾਲ ਵਿਆਹ ਦੇ ਨੇੜੇ ਤੇੜੇ ਅਸੀਂ ਜ਼ਰੂਰ ਗੱਲਾਂ ਕਰਨੀਆਂ ਨੇ ਜਨਰਲ ਕਿ ਇਹ ਸਾਰਾ ਕੀ ਹੋ ਰਿਹਾ, ਐਂਡ ਨਾਲ ਦੀ ਨਾਲ ਐਲਡਰ ਅਬਿਊਜ਼ ਜਿਹੜਾ ਕਿ ਰੀਅਲ ਹੈ, ਜਿਹੜਾ ਕਿ ਵਾਕਈ ਹੋ ਰਿਹਾ, ਉਹਦੇ ਬਾਰੇ ਵੀ ਥੋੜ੍ਹੀ ਹੋਰ ਜਾਣਕਾਰੀ, ਕਿਉਂਕਿ ਕਾਫੀ ਸਾਰੇ ਪੁਆਇੰਟਸ ਆਏ ਹੈ, ਰਸ਼ ਵਿੱਚ ਗੱਲ ਹੋ ਰਹੀ ਹੈ ਅੱਜ, ਚੰਗੀ ਗੱਲ ਨਹੀਂ। ਕੱਲ੍ਹ ਇਹਦੇ ਨਾਲ ਅਸੀਂ ਜ਼ਰੂਰ ਜਨਰਲ ਡਿਸਕਸ਼ਨ ਵਾਕ ਐਂਡ ਕੰਟੀਨਿਊ ਕਰਾਂਗੇ, ਸਾਰੇ ਜ਼ਰੂਰ ਕਾਲ ਕਰਨਾ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।